ਕਹਿੰਦਾ ਵੀ ਇਹ ਮੈਂ ਕਿਤਾਬ ਪੜ੍ਹੀ ਐ ਹੂੰ ਇਹਦੇ ਚ ਅਜੇ ਬਹੁਤ ਕੱਚਾ ਪਾਣਾ ਅੱਛਾ ਜੀ ਅਜੇ ਕਵਤਾਲੀ ਕੋਈ ਗੱਲ ਨਹੀਂ ਤੂੰ ਇੰਜ ਕਰ ਕਿ ਇਹ ਕਵਤਾ ਇਹ ਜਿਹੜੀਆਂ ਕਵਤਾਵਾਂ ਨੂੰ ਪਾੜ ਕੇ ਸੁੱਟ ਦੇ ਮੈਂ ਸਕੂਲ ਦੇ ਵਿੱਚ ਜਦੋਂ ਪੜ੍ਹਦਾ ਸੀ ਉਦੋਂ ਮਾਹੌਲ ਦੇਖਿਆ ਬੜੇ ਸੀਰੀਅਸਨ ਅਸੀਂ ਜੀ ਤੇ ਉਹੀ ਲੋਕ ਪੜ੍ਹਦੇ ਸੀ ਜਿਨ੍ਹਾਂ ਨੂੰ ਪੜ੍ਹਨਾ ਹੁੰਦਾ ਹੂੰ ਬਿਲਕੁਲ ਤੇ ਜੇ ਹੁਣ ਤੇ ਸਾਰਿਆਂ ਲਈ ਕੰਪਲਸਰੀ ਕਰਤੇ ਜਿਨ੍ਹਾਂ ਨੂੰ ਨਹੀਂ ਪੜ੍ਹਣਾ ਉਹ ਵੀ ਵਿੱਚ ਆ ਹੁੰਦੇ ਆ ਤੇ ਦੂਸਰਿਆਂ ਨੂੰ ਡਿਸਟਰਬ ਕਰਦੇ ਡਿਸਟਰਬ ਕਰਦੇ ਜੀ ਤੇ ਉਸ ਵਕਤ ਮੈਂ ਦੇਖਿਆ ਸੀ ਕਿ ਪੜ੍ਹਾਈ ਦਾ ਮਤਲਬ ਸੀ ਕਿ ਪੜ੍ਹ ਲਿਖ ਕੇ ਕੋਈ ਸਮਾਜ ਦੀ ਪਰਿਵਾਰ ਦੀ ਜੀਸ਼ ਦੀ ਸੇਵਾ ਕਰੇ ਸਾਡੇ ਸਮਾਜ 'ਚ ਉਹਨਾਂ ਲੋਕਾਂ ਦੀ ਕੋਈ ਚਰਚਾ ਨਹੀਂ ਜਿਹੜੇ ਕਿ ਰਾਜਨੀਤਿਕ ਨਹੀਂ ਜਿਹੜੇ ਕਿ ਧਾਰ ਪੂੰਜਾ ਪੈਸੇ ਵਾਲੇ ਨਹੀਂ ਜੇ ਕਿ ਚੁਣੌਤੀ ਆਈ ਚੈਲੰਜ ਹੋ ਗਿਆ ਚੈਲੰਜ ਹੋ ਗਿਆ ਤੁਸੀਂ ਚੈਲੰਜ ਐਕਸੈਪਟ ਕਰਕੇ ਚੁਣੌਤੀ ਕਰ ਦਿੱਤੀ ਤੁਸੀਂ ਆਪਣੀ ਕਰੀ ਚੱਲੋ ਮੈਂ ਆਪਣੇ ਰਸਤੇ ਤੇ ਵਿਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਸਾਹਿਤ ਤੇ ਸਾਹਿਤਕਾਰ ਵਿੱਚ ਜੀ ਆਇਆਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਤੇ ਅਰਦਾਸ ਕਰਦਾ ਹਾਂ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਹੋਵੋਗੇ। ਦੋਸਤੋ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਹਿੰਦੇ ਆ। ਸੋ ਸਾਹਿਤ ਨੂੰ ਸਿਰਜਣ ਵਾਲੇ ਉਨਾਂ ਦੇ ਰੂਬਰੂ ਤਹਾਨੂੰ ਕਰਾਇਆ ਜਾਵੇ ਕਿਉਂਕਿ ਸਾਹਿਤ ਦੀ ਸਿਰਜਣਾ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਇਹ ਉਸ ਪਰਮਾਤਮਾ ਅਕਾਲਪੁਰਖ ਦੀ ਬਖਸ਼ਿਸ਼ ਦੇ ਤਹਿਤ ਕਿਸੇ ਇਨਸਾਨ ਦੇ ਉੱਤੇ ਇਹ ਰਹਿਮਤ ਹੁੰਦੀ ਹੈ ਤੇ ਉਹ ਸਾਹਿਤ ਦੀ ਸਿਰਜਣਾ ਕਰਦਾ ਹੈ ਤੇ ਸਾਹਿਤ ਬਾਰੇ ਕਹਿੰਦੇ ਨੇ ਜੋ ਸੱਚ ਹੋਵੇ ਜੋ ਕਲਿਆਨਕਾਰੀ ਹੋਵੇ ਤੇ ਜੋ ਸੋਹਣਾ ਹੋਵੇ ਉਹ ਸਾਹਿਤ ਦਾ ਰੂਪ ਹੁੰਦਾ ਹੈ ਫਿਰ ਸਾਹਿਤਕਾਰ ਜਿਹੜਾ ਹੁੰਦਾ ਹੈ ਉਹ ਸਾਹਿਤ ਲਿਖਣ ਵਾਲਾ ਹੁੰਦਾ ਤੇ ਸਾਹਿਤ ਦੀਆਂ ਕੋਈ ਕਈ ਵਿਧਾਵਾਂ ਨੇ ਜਿਵੇਂ ਅਸੀਂ ਨਾਵਲ ਕਹਾਣੀ ਗਜ਼ਲ ਕਵਿਤਾ ਵਾਰਤਕ ਇਤਿਹਾਸ ਖੋਜ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਸਾਹਿਤਕਾਰ ਆਪਣੀ ਕਲਮ ਦੇ ਨਾਲ ਸੇਵਾ ਕਰਦਾ ਹੈ ਪਰ ਕੁਝ ਐਸੇ ਸਾਹਿਤਕਾਰ ਵੀ ਹੁੰਦੇ ਆ ਜੋ ਇਸ ਤੋਂ ਵੀ ਅੱਗੇ ਵੱਧ ਕੇ ਉਹ ਇੱਕ ਸਾਹਿਤਕਾਰ ਹੀ ਵੱਖ-ਵੱਖ ਸਿنفਾਂ ਦੇ ਵਿੱਚ ਕੰਮ ਕਰਦਾ ਹੈ ਉਥੇ ਫਿਰ ਹੋਰ ਕਮਾਲ ਜਿਹੜੀ ਹੋ ਜਾਂਦੀ ਹੈ ਕਿ ਉਹ ਨਾਵਲ ਵੀ ਲਿਖ ਰਿਹਾ ਹੈ ਉਹ ਵਰਤਕ ਵੀ ਲਿਖ ਰਿਹਾ ਹੈ ਉਹ ਸਮਾਜਿਕ ਬੁਰਾਈਆਂ ਦੇ ਖਿਲਾਫ ਵੀ ਲਿਖ ਰਿਹਾ ਹੈ ਉਹ ਜੀਵਣੀਆਂ ਵੀ ਲਿਖ ਰਿਹਾ ਹੈ ਤੇ ਉਹ ਸਵੈ ਜੀਵਨੀ ਵੀ ਆਪਣੀ ਜਿਹੜੀ ਹੈ ਉਹ ਪਾਠਕਾਂ ਦੀ ਨਜ਼ਰ ਕਰਦਾ ਹੈ ਆਪਣੀ ਜ਼ਿੰਦਗੀ ਦੇ ਬਾਰੇ ਖੈਰ ਗਲਬਾ ਦਾ ਸਿਲਸਿਲਾ ਥੋੜਾ ਜਿਹਾ ਰੁਕਦੇ ਹੋਏ ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਅੱਜ ਦੇ ਸਾਡੇ ਖਾਸ ਸ਼ਖਸੀਅਤ ਜੋ ਖਾਸ ਤੌਰ ਤੇ ਅੰਮ੍ਰਿਤਸਰ ਸਬ ਸਟੂਡੀਓ ਤੇ ਪਹੁੰਚੇ ਹੋਏ ਨੇ ਸਵਾਗਤ ਕਰਦੇ ਹਾਂ ਪ੍ਰਿੰਸੀਪਲ ਬਲਵਿੰਦਰ ਸਿੰਘ ਜੀ ਫਤਿਹਪੁਰ ਦਾ ਜੀ ਹਨੋ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਿੰਸੀਪਲ ਸਾਹਿਬ ਜਿਵੇਂ ਮੈਂ ਜ਼ਿਕਰ ਕੀਤਾ ਵੀ ਅਲੱਗ-ਅਲੱਗ ਸਿਨਫਾਂ ਦੇ ਵਿੱਚ ਲਿਖਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਵੈਸੇ ਕਿਸੇ ਇੱਕ ਸਿਨਫ ਦੇ ਵਿੱਚ ਲਿਖਣਾ ਵੀ ਕੋਈ ਸੌਖਾ ਕੰਮ ਨਹੀਂ ਹੁੰਦਾ ਔਰ ਜਿਵੇਂ ਮੈਂ ਆਪਣੇ ਦਰਸ਼ਕਾਂ ਦੇ ਨਾਲ ਜ਼ਿਕਰ ਕਰ ਰਿਹਾ ਸੀ ਵੀ ਅਲੱਗ-ਅਲੱਗ ਸਿਨਫਾਂ ਦੇ ਵਿੱਚ ਉਹ ਮੁਹਾਰਤ ਜਿਹੜੀ ਹੈ ਉਹ ਪ੍ਰਿੰਸੀਪਲ ਸਭ ਦੇ ਹਿੱਸੇ ਆਈਏ ਇਹਨਾਂ ਨੂੰ ਉਹ ਬਖਸ਼ਿਸ਼ ਹੋਈ ਹੈ ਕਿ ਬਹੁਤ ਵੱਡੇ ਪੱਧਰ ਤੇ ਬਹੁਤ ਵੱਖਰੀਆਂ-ਵੱਖਰੀਆਂ ਸਿਨਫਾਂ ਦੇ ਵਿੱਚ ਔਰ ਬੜਾ ਹੀ ਸਾਫ਼ ਸਪਸ਼ਟ ਕਲਿਆਨਕਾਰੀ ਤੇ ਸੁੰਦਰ ਸਾਹਿਤ ਉਹ ਜਿਹੜੀ ਸਤਿਅਮ ਸ਼ਿਵਮ ਸੁੰਦਰਮ ਵਾਲੀ ਗੱਲਣ ਉਹ ਪੂਰੀ ਤਰ੍ਹਾਂ ਪ੍ਰਿੰਸੀਪਲ ਸਾਹਿਬ ਦੇ ਕਲਮ ਉਤੇ ਢੁਕਦੀ ਹੈ ਕਿਉਂਕਿ ਇਹਨਾਂ ਨੇ ਜਦੋਂ ਕਲਮ ਦੀ ਨੋਕ ਦੇ ਨਾਲ ਜਿਹੜਾ ਸੱਚ ਲਿਖਿਆ ਹੈ ਉਹ ਤਲਵਾਰ ਤੋਂ ਵੀ ਤਿੱਖਾ ਹੈ ਤੇ ਉਹ ਤਿੱਖਾ ਹੋਣ ਕਰਕੇ ਕਈ ਮੁਸ਼ਕਲਾਂ ਦੇ ਵਿੱਚ ਵੀ ਲੇਖਕ ਨੂੰ ਫਸਣਾ ਪੈਂਦਾ ਹੈ ਤੇ ਉਹ ਆਪਾਂ ਇਹਨਾਂ ਕੋਲੋਂ ਜਾਣਦੇ ਹਾਂ ਪ੍ਰਿੰਸੀਪਲ ਸਾਹਿਬ ਕੋਲੋਂ ਵੀ ਕਿੰਦਰ ਦੀਆਂ ਸਮੱਸਿਆਵਾਂ ਵੀ ਆਈਆਂ ਤੇ ਪਰ ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਜਨਣਾ ਚਾਹਾਂਗਾ ਪ੍ਰਿੰਸੀਪਲ ਸਾਹਿਬ ਕੇ ਜਿਹੜਾ ਸਾਹਿਤਿਕ ਸਫ਼ਰ ਹੈ ਇਦੀ ਸ਼ੁਰੂਆਤ ਜਿਹੜੀ ਇਹ ਕਿੱਥੋਂ ਹੋਈ ਸੀ ਵੀ ਘਰ ਤੋਂ ਸੀਗੀ ਜਾਂ ਗੋਡ ਗਿਫਟਡ ਸੀਗਾ ਜਾਂ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਸਾਹਿਤ ਨਾਲ ਜੁੜਿਆ ਹੋਇਆ ਸੀ ਜਿਨੇ ਕਿਤਾਬਾਂ ਲਿਖੀਆਂ ਹੋਣ ਇਹ ਬਹੁਤ ਵਧੀਆ ਸਵਾਲ ਆ ਜੀ ਸਾਡਾ ਇੱਕ ਜ਼ਿੰਮੇਦਾਰਾ ਪਰਿਵਾਰ ਹੈ ਤੇ ਅਸੀਂ ਸਾਡੇ ਪਰਿਵਾਰ ਦੇ ਵਿੱਚ ਅੱਗੇ ਪਿੱਛੇ ਖੱਬੇ ਸੱਜੇ ਕੋਈ ਜਿਹੜਾ ਸਹਿਤ ਕਰਨੀ ਹੈਗਾ ਹੂੰ ਤੇ ਮੈਂ ਜਦੋਂ ਮਤਲਬ ਕਾਲਜ ਲਾਈਫ ਦੇ ਤੋਂ ਬਾਹਰ ਆਇਆ ਵੀ ਇਹ ਕਰਕੇ ਤੇ ਮੈਂ ਮੇਰੇ ਵਿੱਚ ਇੱਕ ਚਿੰਗ ਸੀ ਕਿ ਮੈਂ ਕੁਝ ਲਿਖਾਂ ਜੀ ਤੇ ਉਹ ਮੈਂ ਕਵਿਤਾ ਤੋਂ ਸ਼ੁਰੂ ਕੀਤਾ ਕਵਿਤਾ ਦੀ ਇੱਕ ਕਿਤਾਬ ਲਗੀ ਤੇ ਮੈਂ ਲਿਖ ਕੇ ਉਹ ਕਿਤਾਬ ਉਸ ਵਕਤ ਸਰਦਾਰ ਨਾਨਕ ਸਿੰਘ 프리ਦ 프리ਦ ਨਗਰ ਰਹਿੰਦੇ ਸੀ ਉੱਥੇ ਮੈਂ ਗਿਆ ਮੇਰੇ ਨਾਲ ਇੱਕ ਪ੍ਰੋਫੈਸਰ ਜੀ ਮੇਰਾ ਦੋਸਤ ਜੀ ਅਸੀਂ ਉੱਥੇ ਗਏ ਤੇ ਉਹਨਾਂ ਨੂੰ ਕਿਹਾ ਜੀ ਇਹ ਕਿਤਾਬ ਬਾਰੇ ਦੱਸਿਓ ਵੀ ਇਹਦੇ ਵਿੱਚ ਕੋਈ ਸਹਿਤਕ ਜਾਂ ਕੋਈ ਲਿਖਣ ਵਾਲੀ ਪੜਨ ਵਾਲੀ ਗੱਲ ਹੈ ਹੂੰ ਉਹਨਾਂ ਕਹੇ ਵੀ ਉਹ ਲਿਖ ਰਿਹਾ ਸੀ ਉਸ ਵਕਤ ਕੁਛ ਉਹ ਕਹਿੰਦਾ ਵੀ ਅਗਲੇ ਹਫਤੇ ਤੁਸੀਂ ਇਸੇ ਦਿਨੇ ਆ ਜਾਓ ਅੱਜ ਐਤਵਾਰ ਗਾਹੀ ਅਗਲੇ ਐਤਵਾਰ ਗਏ ਕਿ ਚੱਲੇ ਗਏ ਉੱਥੇ ਗਏ ਤੇ ਜਾਂਦਿਆਂ ਨੂੰ ਉੱਥੇ ਬੈਠੇ ਸੀ ਉਹ ਤੇ ਮੈਂ ਪੁੱਛਿਆ ਜੀ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ ਮੈਂ ਸਿੱਧਾ ਸਵਾਲ ਤੇ ਗਿਆ ਵੀ ਉਹ ਕਿਤਾਬ ਪੜ੍ਹੀ ਤੁਸੀਂ ਹੂੰ ਕਹਿੰਦਾ ਵੀ ਕਾਤੇ ਤੂੰ ਗੁੱਸਾ ਤੇ ਨਹੀਂ ਕਰੇਂਗਾ ਮੈਂ ਕਹਾ ਜੀ ਗੁੱਸਾ ਤੁਹਾਡੇ ਅਰਗੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਆ ਗਏ ਆਂ ਤੇ ਗੁੱਸਾ ਕਾਹਦਾ ਕਰਨਾ ਹੂੰ ਤੁਸੀਂ ਤੁਹਾਡੇ ਕੋਲ ਅਸੀਂ ਕੁਝ ਲੈਣ ਆਏ ਆਂ ਹੂੰ ਤੇ ਗੁੱਸਾ ਗੁੱਸੇ ਵਾਲੀ ਕੋਈ ਗੱਲ ਨਹੀਂ ਤੁਸੀਂ ਦੱਸੋ ਅੱਛਾ ਜੀ ਕਹਿੰਦਾ ਵੀ ਇਹ ਮੈਂ ਕਿਤਾਬ ਪੜ੍ਹੀ ਐ ਹੂੰ ਇਹਦੇ 'ਚ ਜੇ ਬਹੁਤ ਕੱਚਾਪਨ ਅੱਛਾ ਜੀ ਅਜੇ ਕਵਤਾਲੀ ਕੋਈ ਗੱਲ ਨਹੀਂ ਤੂੰ ਇੰਜ ਕਰ ਕਿ ਇਹ ਹਫਤਾ ਇਹ ਜਿਹੜੀਆਂ ਕਵਤਾਵਾਂ ਨੂੰ ਪਾੜ ਕੇ ਸੁੱਟ ਦੇ ਅੱਛਾ ਜੀ ਹੂੰ ਮੈਂ ਕਹਾਂ ਜੀ ਠੀਕ ਐ ਕੋਈ ਪ੍ਰੋਬਲਮ ਨਹੀਂ ਕੋਈ ਸਾਨੂੰ ਇਹ ਜਿਕਨੇ ਇਸ ਤਰ੍ਹਾਂ ਕਾਰਨ ਚ ਹੂੰ ਤੇ ਉਹ ਕਹਿੰਦੇ ਵੀ ਤੁਸੀਂ ਤੁਹਾਡੇ ਵਿੱਚ ਅਜੇ ਕੱਚਾ ਪਾਣਾ ਤੁਸੀਂ ਤੁਸੀਂ ਜ਼ਿੰਦਗੀ ਬਾਰੇ ਹੋਰ ਜਾਣੋ ਕਿਤਾਬਾਂ ਪੜ੍ਹੋ ਖੱਬੇ ਸਜੇ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੂੰ ਤੇ ਤੁਸੀਂ ਤੁਹਾਡਾ ਅਧਿਆਨ ਕਰੋ ਵੱਧ ਵੱਧ ਤੇ ਉਹ ਉਹ ਗਿਆਨ ਜਿਹੜਾ ਉਹ ਤੁਹਾਡੇ ਵਿੱਚ ਹੌਲੀ ਹੌਲੀ ਜਦੋਂ ਰੜਕੋਗੇ ਫਿਰ ਉਹ ਕਲਾ ਰੂਪੀ ਤੁਹਾਡੇ ਚ ਆਏਗਾ ਤੇ ਫਿਰ ਤੁਸੀਂ ਇਸ ਪਾਸੇ ਆਉਣਾ ਅੱਛਾ ਜੀ ਮੈਂ ਇਸ ਤਰ੍ਹਾਂ ਕੀਤਾ ਮੈਂ ਉਹ ਕਿਤਾਬ ਤੋਂ ਬਾਅਦ ਕਵਿਤਾ ਲਿਖਣੀ ਬੰਦ ਕਰਤੀਆਂ ਅੱਛਾ ਜੀ ਬਾਅਦ ਵਿੱਚ ਮੈਂ ਵੇਖਿਆ ਵੀ ਕਿ ਮੇਰੇ ਵਿੱਚ ਉਹ ਜਿਹੜੀ ਸ਼ਾਇਰੀ ਵਧੀ ਗੱਲ ਸੀ ਉਹ ਬਹੁਤੀ ਉੱਪਰ ਨਹੀਂ ਪਾਈ ਤੇ ਮੈਂ ਮਤਲਬ ਉਹ ਛੱਡ ਦਿੱਤਾ ਔਰ ਮੈਂ ਲਿਖਣ ਛੱਡ ਕੇ ਤੇ ਪੜਨ ਵਾਲਾ ਹੋ ਗਿਆ ਵਾਹ ਨਾਲ-ਨਾਲ ਮੈਂ ਆਪਣਾ ਰੋਜੀ ਰੋਟੀ ਦਾ ਵੀ ਮੇਰਾ ਇੱਕ ਸਕੂਲ ਸੀ ਜੀ ਸੀਨੀਅਰ ਸੈਕੰਡਰੀ ਸਕੂਲ ਉਹ ਮੈਂ ਚਲਾ ਰਿਹਾ ਸੀ ਤੇ ਇਸ ਤਰ੍ਹਾਂ ਮੈਂ ਨਾਲ-ਨਾਲ ਪੜਦਾ ਵੀ ਰਿਹਾ ਹੂੰ ਸੋ 2006 ਦੇ ਵਿੱਚ ਮੈਂ ਲਿਖਣਾ ਜਿਹੜਾ ਨਾ ਦੁਬਾਰਾ ਸ਼ੁਰੂ ਕੀਤਾ ਵਾਹ ਮੇਰੀ ਪਹਿਲੀ ਕਿਤਾਬ ਸੀ ਖਰੀਆਂ ਕਰੀਆਂ ਵਾਰਤਕ ਦੇ ਵਿੱਚ ਸੀ ਅੱਛਾ ਜੀ ਤੇ ਉਹਦੇ ਵਿੱਚ ਮੈਂ ਕੁਲਬੀਰ ਸਿੰਘ ਕਾਂਗ ਹੁੰਦੇ ਸੀ ਹਾਂਜੀ ਬੜੇ ਨਾਮ ਉਹਨਾਂ ਕੋਲ ਮੈਂ ਗਿਆ ਤੇ ਉਹ ਮੇਰੇ ਬੜੇ ਹਮਦਰਦੀ ਸੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵਾਰਤਕ ਲਿਖਣਾ ਹੈ ਇਹ ਸਭ ਤੋਂ ਵਿਖਮ ਕੰਮ ਹੈ ਅੱਛਾ ਜੀ ਤੇ ਔਰ ਜਿਹੜੇ ਬਣ ਗਿਆ ਸਾਹਿਰ ਦੀਆਂ ਉਹਨਾਂ ਨੂੰ ਲਿਖਣਾ ਸੌਖਾ ਹੈ ਲੇਕਿਨ ਇਥੇ ਹਰ ਇੱਕ ਲਾਈਨ ਸੋਚ ਕੇ ਲਿਖਣੀ ਪੈਂਦੀ ਹੈ ਬਿਲਕੁਲ ਜੀ ਸੋ ਮੈਂ ਉਹਦੇ ਵਾਸਤੇ ਤਿਆਰ ਸੀ ਸੋ ਮੈਂ ਕਿਤਾਬ ਲਿਖੀ ਉਹ ਕਿਤਾਬ ਦਾ ਕਾਫੀ ਜਿਹੜਾ ਨਾ ਚਰਚਾ ਹੋਈ ਉਸ ਤੋਂ ਬਾਅਦ ਫਿਰ ਮੈਂ ਚੱਲ ਸੋ ਚੱਲ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਮੈਂ ਅੱਜ ਤੱਕ ਤਕਰੀਬਨ ਕੋਈ ਜੀ 34 35 ਜਿਹੜੀਆਂ ਕਿਤਾਬਾਂ ਪੰਜਾਬ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਪਾ ਚੁੱਕਾ ਬਿਲਕੁਲ 3 ਦਰਜਨ ਦੇ ਇਕ ਤਕਰੀਬ ਕਿਤਾਬਾਂ ਲਿਖਣੀਆਂ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਇੱਕ ਬੜੀ ਵੱਡੀ ਪ੍ਰਾਪਤੀ ਹੈ ਇਸ ਤੋਂ ਵੱਖਰੇ ਤੌਰ ਤੇ ਸੀ ਕੋਈ ਕੋਈ ਪ੍ਰਾਪਤੀ ਨਹੀਂ ਬਣ ਸਕਦੇ ਕਿਉਂਕਿ ਸਾਹਿਤ ਦੇ ਖੇਤਰ ਦੇ ਵਿੱਚ ਪਹਿਲੀ ਗੱਲ ਲਿਖਣਾ ਹੀ ਬੜਾ ਔਖਾ ਹੈ ਤੇ ਰੁਕਾਵਟਾਂ ਵੀ ਹੈਗੀਆਂ ਬਹੁਤ ਜ਼ਿਆਦੀਆਂ ਵਰਤਕ ਦੇ ਖਰੀਆਂ ਖਰੀਆਂ ਤੋਂ ਸ਼ੁਰੂ ਹੋ ਕੇ ਤਕਰੀਬਨ 34 ਦੇ ਕਰੀਬ ਕਿਤਾਬਾਂ ਜਿਹੜੀਆਂ ਨੇ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਣੀਆਂ ਜਾਂ ਪੰਜਾਬੀ ਸਾਹਿਤ ਜਗਤ ਨੂੰ ਦੇਣੀਆਂ ਪੰਛੀ ਪਸ ਬਸ ਤੋਂ ਲਾਵਾ ਜਿਵੇਂ ਤੁਸੀਂ ਵਾਰਤਕ ਦਾ ਜ਼ਿਕਰ ਕੀਤਾ ਹੈ ਖਰੀਆਂ ਖਰੀਆਂ ਉਸ ਤੋਂ ਲਾਵਾ ਹੋਰ ਕਿਹੜੀ ਸਨਫ ਸੀਗੀ ਜਿਹੜੀ ਤੁਸੀਂ ਲਿਖੀ ਹੈ ਉਹਦੇ ਵਿੱਚ ਮੈਂ ਕਵਤਾ ਤੇ ਹੱਥ ਜਿਹੜਾ ਨਾ ਅਜਮਾਇਆ ਸੀ ਜੀ ਉਹ ਮੈਂ ਪਹਿਲੀ ਕਿਤਾਬ ਵਿੱਚ ਇਸ ਤਰ੍ਹਾਂ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਨੂੰ ਬਹੁਤਾ ਸੀਰੀਅਸਲੀ ਨਹੀਂ ਲੈਂਦਾ ਜੀ ਮੈਂ ਉਹ ਕਿਤਾਬ ਦਾ ਨਾਂ ਸੀ ਲੁੱਟੇ ਗਏ ਅੱਛਾ ਉਹਦੇ ਵਿੱਚ ਹਾਸ ਰਸ ਦੀਆਂ ਪੋਇਮ ਸੀ ਹਮ ਤੇ ਉਹ ਉਹ ਕਿਤਾਬ ਤੇ ਬਾਅਦ ਦੇ ਵਿੱਚ ਵੀ ਮੈਂ ਇੱਕਾ ਦੁਕਾਨ ਲਿਖਦਾ ਰਿਹਾ ਉਹ ਸਾਰਿਆਂ ਨੂੰ ਕਿਤਾਬਾਂ ਨੂੰ ਮੈਂ ਕੰਪਾਈਲ ਕਰਕੇ ਤੇ ਉਹ ਉਹ ਲਿਖੀ ਸੱਚ ਤੇ ਕੱਚ ਸੱਚ ਤੇ ਕੱਚ ਇਹ ਕਵਿਤਾਵਾਂ ਦੀ ਇਹ ਕਵਿਤਾਵਾਂ ਦੀ ਮੇਰੀ ਕਿਤਾਬ ਹੈ ਉਹਦੇ ਵਿੱਚ ਮੈਂ ਜੋ ਵੀ ਜ਼ਿੰਦਗੀ ਚ ਕਿਸੇ ਵੇਲੇ ਜੋ ਕੁਝ ਲਿਖਿਆ ਉਹਦੇ ਵਿੱਚ ਅੰਕਤ ਹੈ ਤੇ ਲੇਕਿਨ ਮੈਂ ਫਿਰ ਵੀ ਜਦੋਂ ਸ਼ਾਇਰਾਂ ਸਰਜੀਤ ਪਾਤਰ ਜਾਂ ਪ੍ਰੋਫੈਸਰ ਮੋਹਨ ਸਿੰਘ ਜਾਂ ਜਿਹੜੇ ਬੜੇ স্থਾਪਤ ਤੇ ਹਰਮਨ ਪਿਆਰੇ ਕਵੀ ਨੇ ਉਹ ਨਾਂ ਵਰਗੀ ਸਾਡੇ ਚ ਚਿੰਗ ਨਹੀਂ ਇਸ ਕਰਕੇ ਮੈਂ ਇਹ ਸੈਮ ਨੂੰ ਛੱਡ ਦਿੱਤਾ ਜੀ ਜੀ ਤੇ ਅੱਜ ਤੁਸੀਂ ਵਾਰਤਕ ਦੇ ਵਿੱਚ ਲਿਖਿਆ ਖਰੀਆਂ ਖਰੀਆਂ ਜ਼ਿਕਰ ਹੈ ਇੱਕ ਤੁਹਾਡੀ ਸਾਵਧਾਨੀਆਂ ਨਾਂ ਦੀ ਕਿਤਾਬ ਸੀ ਜੋ ਮੈਂ ਪੜੀ ਵੀ ਹੋਈ ਹੈ ਹਾਂ ਜੀ ਤੇ ਉਸ ਤੋਂ ਲਾਵਾ ਹੋਰ ਵੀ ਇਦਾਂ ਦੀਆਂ ਹੈਗੀਆਂ ਜੋ ਵਾਰਤਕ ਦੇ ਵਿੱਚ ਹੈਗੀਆਂ ਫਿਰ ਵਾਰਤਕ ਲਿਖਣ ਲੱਗੇ ਵਿਸ਼ਾ ਕਿਹੜਾ ਚੁਣਦੇ ਹੋ ਵਿਸ਼ੇ ਦੀ ਚੋਣ ਕਿਦਾਂ ਕਰਦੇ ਹੋ ਉਹ ਇੰਨਾ ਜ਼ਿਆਦਾ ਵਾਰਤਕ ਇੱਕ ਵਿਸ਼ੇਤ ਤਾਂ ਲਿਖਿਆ ਜਾਣ ਸਕਦਾ ਜੇ ਤੁਹਾਡੀਆਂ 34 ਕਿਤਾਬਾਂ ਨੇ ਉਹਦੇ ਵਿੱਚ ਅਧੀਆਂ ਵੀ ਜੇ ਵਾਰਤਕ ਦੀਆਂ ਨੇ ਉਹ ਵਾਰਤਕ ਦੇ ਇੱਕ ਵਿਸ਼ੇਤ ਨਾ ਹੋ ਕੇ ਉਹਦੇ ਵਿੱਚ ਵੱਖਰੇ-ਵੱਖਰੇ ਵਿਸ਼ਿਆਂ ਦੀ ਕਿਤਾਬ ਸਰਲੇਖ ਹੋਣਗੇ ਤਤਕਰੇ ਦੇ ਵਿੱਚ ਸੋ ਇੰਨੇ ਜ਼ਿਆਦਾ ਵਿਸ਼ੇ ਔਰ ਇਹਨਾਂ ਦੀ ਚੋਣ ਇਹ ਫਿਰ ਚੁਣੌਤੀ ਨਹੀਂ ਲੱਗਦੀ ਆਪਣੇਾਂ ਵਿੱਚ ਹੈ ਤੇ ਇਸ ਤਰ੍ਹਾਂ ਹੀ ਹੈ ਜੇ ਤਾਂ ਤੁਸੀਂ ਕਰ ਰਹੇ ਹੋ ਨਿਕੋਨਾ ਦੇਖੋ ਜਦੋਂ ਇਹ ਬੰਦਾ ਸਮਾਜ ਦੇ ਵਿੱਚੋਂ ਵਿਚਰਦਾ ਹੈ ਹਾਂਜੀ ਤੇ ਉਹਨੂੰ ਸਮਾਜ ਤੋਂ ਬੜਾ ਕੁਝ ਮਿਲਦਾ ਹੈ ਬਿਲਕੁਲ ਭੈਣ ਭਰਾ ਮਾਪੇ ਯਾਰ ਦੋਸਤ ਹਮਮ ਹੋਰ ਕੁਦਰਤੀ ਨਜ਼ਾਰੇ ਪਹਾੜ ਜੰਗਲ ਸਮੁੰਦਰ ਇਹ ਸਭ ਕੁਝ ਉੱਪਰ ਮਾਰਿਆ ਜਾਂਦੀ ਤੇ ਵਿਚੇਤਰਤਾ ਕਾਦਰ ਦੀ ਨਜ਼ਰ ਆਉਂਦੀ ਸਰ ਕੁਛ ਇਹ ਇਹ ਅਸੀਂ ਮੰਨਦੇ ਆ ਤੇ ਦਿਲ ਚ ਆਉਂਦਾ ਹੈ ਕਿ ਇਹ ਦੀ ਕੋਈ ਰੀਪੇਮੈਂਟ ਜਾਂ ਇਹ ਦੀ ਕੋਈ ਇਹ ਰਿਵਸ ਦੇ ਵਿੱਚ ਸਾਨੂੰ ਕੁਝ ਦੇਣਾ ਵੀ ਚਾਹੀਦਾ ਸਮਾਜ ਨੂੰ ਸਿਰਫ ਇੱਕ 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 ਯੱਕ ਤਰਫਾ ਹੀ ਕੰਮ ਨਹੀਂ ਹੋਣਾ ਚਾਹੀਦਾ ਯਾ ਤੋਂ ਮੇਰੇ ਚ ਅਰਜ਼ ਉੱਠੀ ਕਿ ਮੈਂ ਵੀ ਕੁਝ ਦੇਖੇ ਜਾਣਾ ਅੱਛਾ ਜੀ ਸੋ ਮਨੂੰ ਸਮਾਜ ਦੇ ਵਿੱਚ ਖਾਸ ਕਰਕੇ ਧਰਮ ਹੂੰ ਤੇ ਰਾਜਨੀਤੀ ਜੀ ਤੇ ਜੋ ਸਾਡੇ ਆ ਆ ਜਿਹੜੇ ਬਾਬੇ ਵਗਾਰਾ ਨੇ ਜਾਂ ਸਾਡੇ ਦੇਸ਼ ਦੇ ਵਿੱਚ ਜੋ ਗਲਤਮਲਤ ਹੋ ਰਿਹਾ ਜੋ ਮੈ ਆਲੇ ਦੁਆਲੇ ਗਲਤਮਲਤ ਦੇਖ ਰਾਂ ਭਾਵੇਂ ਉਹ ਸਮਾਜਿਕ ਆਰਥਿਕ ਤੌਰ ਤੇ ਆ ਧਾਰਮਿਕ ਤੌਰ ਤੇ ਆ ਉਹ ਉਹ ਮੈਂ ਆਪਣੀਆਂ ਕਿਤਾਬਾਂ ਦਾ ਵਿਸ਼ਾ ਬਣਾਇਆ ਜੀ ਔਰ ਉਹਨੂੰ ਫਿਰ ਵੱਖਰੇ ਵੱਖਰੇ ਨਾਂ ਦੇ ਕੇ ਆਪਣੇ ਢੰਗ ਨਾਲ ਪੇਸ਼ ਕੀਤਾ ਜੀ ਮੈਂ ਇੱਕ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਵੀ ਜੇ ਤੁਸੀਂ ਸੱਚ ਲਿਖਦੇ ਆ ਜਾਂ ਤਿੱਖਾ ਲਿਖਦੇ ਆ ਜਾਂ ਕਟਾਕਸ਼ ਕਰਦੇ ਆ ਤੇ ਕਿੰਨਾ ਕਰਦੇ ਹਿਲਜੁਲ ਹੁੰਦੀ ਹੈ ਤੇ ਉਹ ਹਿਲਜੁਲ ਸਾਹਿਤਕਾਰ ਵਾਸਤੇ ਥੋੜੀ ਜਿਹੀ ਨੁਕਸਾਨਦੇ ਵੀ ਹੁੰਦੀ ਹੈ ਤੇ ਕਿਉਂਕਿ ਮੈਨੂੰ ਪਤਾ ਹੈ ਜਦੋਂ ਅਸੀਂ ਕਿਉਂ ਲਿਖਦੇ ਹੁੰਦੇ ਸੀ ਜਿਹਾ ਅਖਬਾਰਾਂ ਵਿੱਚ ਛਪਣਾ ਕੋਈ ਤਿੱਖੀ ਚੀਜ਼ ਲਿਖਣੀ ਤੇ ਥ੍ਰੈਟ ਧਮਕੀਆਂ ਦੇ ਫੋਨ ਵੀ ਆਉਣੇ ਕਦੀ ਇਦਾਂ ਦਾ ਸਾਹਮਣਾ ਵੀ ਕਰਨਾ ਪਿਆ ਜਾਂ ਆਲੋਚਨਾ ਹੋਈ ਵੀ ਜਾਂ ਤੁਸੀਂ ਛੱਡੋ ਤੁਸੀਂ ਕਿਉਂ ਬੰਗਾ ਲੈ ਰਹੇ ਯਾਰ ਇਹਨਾਂ ਨਾਲ ਮੈਂ ਇੱਕ ਪੱਟੀ ਸਾਹਿਬ ਮੈਂ ਇੱਕ ਲਿਖਿਆ ਦੇਖ ਲਿਖਿਆ ਛੇਤਰ ਦਾ ਰਾਜ ਅੱਛਾ ਜੀ ਉਹ ਉਹ ਮੇਰੇ ਖਿਆਲ ਅਜੀਤ ਅਖਬਾਰ 'ਚ ਛਪਿਆ ਅੱਛਾ ਜੀ ਤੇ ਉਹ ਬੜਾ ਹੀ ਲੋਕਾਂ ਨੇ ਪਸੰਦ ਕੀਤਾ ਹਮ ਲੇਕਿਨ ਇੱਕ ਗੁਰਦਾਸਪੁਰ ਤੋਂ ਮਨ ਨੂੰ ਕੋ ਫੋਨ ਆਇਆ ਹਮ ਕਿ ਤੁਸੀਂ ਇਹਦੇ ਵਿੱਚ ਬਹੁਤ ਗਲਤ ਬਿਆਨੀ ਕੀਤੀ ਹੈ ਅੱਛਾ ਜੀ ਦੱਸੋ ਕਿਹੜੀ ਹਮ ਇਹ ਤੁਸੀਂ ਲਿਖਿਆ ਕਿ ਮਹਾਰਾਜ ਰਜੀਤ ਸਿੰਘ ਨੇ ਇਹ ਇਹ ਜਿਹੜਾ ਉਹ ਸ਼ਾਹ ਸ਼ੁਜਾ ਸੀ ਉਹ ਉੱਥੋਂ ਦਾ ਅਫਗਾਨਿਸਤਾਨ ਦਾ ਉਹਦੇ ਕੋ ਖੇਤਰਨਾ ਕੋਇਆ ਜ਼ੋਰ ਨਾ ਕੋਇਆ ਹਮ ਤੇ ਇਹ ਔਰ ਰਣਜੀਤ ਸਿੰਘ ਨੂੰ ਕਿਸੇ ਨੇ ਪੁੱਛਿਆ ਵੀ ਇਹ ਕੋਈ ਨੂਰ ਹੀਰਾ ਜਿਹੜਾ ਇਹਦਾ ਕੀ ਮੁੱਲ ਹੈ ਕਹਿੰਦਾ ਵੀ ਇਹਦਾ ਮੁੱਲ ਛੇਤਰਿਆ ਹੂੰ ਤੇ ਮੈਂ ਇਹ ਲਿਖਿਆ ਸੀ ਉਹਨੇ ਇਹ ਗੁੱਸਾ ਇਹ ਕੀਤਾ ਕਿ ਸਾਡਾ ਐਡਾ ਵੱਡਾ ਮਹਾਰਾਜਾ ਤੇ ਇਹਨੇ ਕਿਸੇ ਕੋ ਖੋਇਆ ਹੋਵੇ ਇਹ ਹੋ ਹੀ ਨਹੀਂ ਸਕਦਾ ਮੈਂ ਕਿਹਾ ਇਹ ਇੱਕ ਇਤਿਹਾਸਕ ਸੱਚ ਹੈ ਹੂੰ ਤੇ ਕਹਿੰਦਾ ਨਹੀਂ ਇਹ ਤੁਸੀਂ ਵਿੱਚੋਂ ਮੈਂ ਕਿਹਾ ਨਹੀਂ ਤੂੰ ਤੈਨੂੰ ਕਾਕੇ ਨੂੰ ਹੋਰ ਪੜ ਤੈਨੂੰ ਫਿਰ ਆਪੇ ਸਪਸ਼ਟਤਾ ਹੋ ਜਾਏਗੀ ਹੂੰ ਹੂੰ ਇਸੇ ਤਰ੍ਹਾਂ ਹੀ ਮੈਂ ਇੱਕ ਖਾਲਸਾ ਜੀ ਉਹ ਕਿੱਧਰ ਨੂੰ ਕਿਤਾਬ ਲਿਖੀ ਉਹਦੇ ਵਿੱਚ ਮੈਂ ਜ਼ਿਕਰ ਕਰ ਬੈਠਾ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਹਾਂ ਜਾਂ ਇਹਦੇ ਕਾਰਕੁਨ ਨੇ ਇਹ ਸਾਰੇ ਧਾਰਮਿਕ ਨਾਲੋਂ ਜਿਹੜੇ ਰਾਜਨੀਤਿਕ ਜ਼ਿਆਦਾ ਨੇ ਤੇ ਇਹ ਇਹ ਜਿਹੜੇ ਆ ਰਾਜਨੀਤਿਕ ਇੱਕ ਮਤਲਬ ਇੱਕ ਧਾਰਮਿਕ ادارے ਦੇ ਰਾਜਨੀਤਿਕ ਲੋਕ ਜਿਹੜੇ ਆ ਉਹ ਕਾਬਜ਼ ਹੋਣ ਤੇ ਫਿਰ ਉਹਦਾ ਪ੍ਰਬੰਧ ਸਹੀ ਨਹੀਂ ਹੋਏਗਾ ਨਹੀਂ ਹੋਏਗਾ ਤੇ ਇਸ ਕਰਕੇ ਬਹੁਤ ਸਾਰੀਆਂ ਊਨਤਾਈਆਂ ਇਹਦੇ ਵਿੱਚ ਆ ਗਈਆਂ ਨੇ ਜੀ ਤੇ ਉਹ ਮੈਂ ਇੱਕ ਕਿਤਾਬ ਜਦੋਂ ਆਈ ਮਾਰਕੀਟ 'ਚ ਤੇ ਉਹ ਜਿਹਨਾਂ ਜਿਹਨੇ ਦੀ ਸੰਮੇਖਿਆ ਕੀਤੀ ਉਹ ਹੈ ਰਪਨ ਸਿੰਘ ਵਕਤਾ ਚਾਹੇ ਸ਼੍ਰੋਮਣੀ ਗੁਰਦੁਆਰਾ ਬੰਦਗੀ ਮਿੱਟੀ ਵਿੱਚ ਉਹ ਕਹਿੰਦਾ ਮੈਂ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਲਿਖਿਆ ਕਿ ਇੱਥੇ ਊਣ ਪਾਈਆਂ ਨੇ ਮੈਂ ਕਹਾਂ ਤੂੰ ਮੇਰੇ ਸਾਹਮਣੇ ਆ ਜਾ ਮੈਂ ਵੀ ਅੰਮ੍ਰਿਤਸਰ ਦਾ ਤੂੰ ਵੀ ਅੰਮ੍ਰਿਤਸਰ ਦਾ ਤੇ ਮੈਂ ਤੈਨੂੰ ਗਣਾ ਦੇਣਾ ਵੀ ਕਿਹੜੇ ਕਿਹੜੀਆਂ ਮੈਂ ਕਿਤੇ ਦੇਖਦਾ ਲੋਕਾਂ ਨੇ ਸੁਣਿਆ ਹੋਏਗਾ ਹੂੰ ਹੂੰ ਤੇ ਫਿਰ ਉਹਨੇ ਬਹੁਤੀ ਜਿਹੜੀ ਆ ਨਾ ਉਹ ਫਿਰ ਪਿੱਛੇ हट ਗਿਆ ਹੂੰ ਹੂੰ ਇੱਕ ਵਾਰੀ ਮੈਂ ਇੱਕ ਲਿਖਿਆ ਲੇਖ ਉਹ ਸੀ ਆਪਣਾ ਚਾਂਵੇਂ ਅੱਛਾ ਉਹ ਉਹਦਾ ਹੈਡਿੰਗ ਸੀ ਚਾਂਵੇਂ ਚਾਹਵੇਂ ਮੇਰੇ ਖਿਆਲ ਤੁਹਾਡਾ ਸਾਬਜ਼ਾਨੀ ਚ ਵੀ ਹੈਗਾ ਸ਼ਾਇਦ ਹਾਂ ਚਾਂਵੇਂ ਅੱਛਾ ਸ਼ਾਇਦ ਹੋਵੇ ਮੈਨੂੰ ਖਿਆਲ ਹਾਂ ਤੇ ਇਹ ਇਹ ਲੇਖ ਮੈਂ ਲਿਖਿਆ ਤੇ ਇਹ ਸਪੋਕਸਮੈਨ ਚ ਆਇਆ ਤੇ ਇੱਕ ਫੌਜੀ ਨੇ ਮੈਨੂੰ ਫੋਨ ਕੀਤਾ ਤੇ ਤੁਸੀਂ ਫੌਜੀਆਂ ਨੂੰ ਚਾਵੇਂ ਕਿਹਾ ਤੇ ਮੈਂ ਤੁਹਾਡੇ ਤੇ ਕੇਸ ਕਰ ਦੇਣਾ ਅੱਛਾ ਮੈਂ ਇੱਕ ਫੌਜ ਦਾ ਸੂਬੇਦਾਰ ਮੈਂ ਦੇਖ ਲਈਏ ਉਹ ਕਿਹਾ ਉਹਨੇ ਕਿਹਾ ਮੈਂ ਹਾਂ ਜੀ ਤੁਸੀਂ ਜੋ ਕਹਿੰਦੇ ਹੋ ਬਿਲਕੁਲ ਠੀਕ ਹੈ ਹਾਂ ਤੁਸੀਂ ਫਬਜੀਆਂ ਦੀ ਅਸੀਂ ਬੜੀ ਕਤਰ ਕਰਦੇ ਆ ਮੈਂ ਉਹਦੇ ਵਿੱਚ ਤੁਸੀਂ ਮਤਲਬ ਬਿਨਾ ਇੱਕ ਆਊਟ ਆਫ ਕੌਂਟੈਸਟ ਗੱਲ ਕਰ ਰਹੇ ਹੋ ਮੈਂ ਉਹਦੇ ਵਿੱਚ ਲਿਖਿਆ ਹੈ ਕਿ ਜਿਹੜੀ ਸਾਡੀ ਸਰਕਾਰ ਹੈ ਇਹ ਇਹ ਦੇਸ਼ ਦੇ ਰਾਖਿਆਂ ਕੋਲੋਂ ਵੀ ਸੜਕਾਂ ਤੇ ਕੰਮ ਕਰਾਉਂਦੇ ਨੇ ਇਹਨਾਂ ਕੋਲੋਂ ਮਜ਼ਦੂਰਾਂ ਵਾਲਾ ਕੰਮ ਲੈਂਦੇ ਨੇ ਤੇ ਮੈਂ ਇਹ ਵੇਖ ਕੇ ਮੈਨੂੰ ਸ਼ਰਮ ਆਉਂਦੀ ਹੈ ਮੈਂ ਸਮਝਦਾ ਵੀ ਇਹ ਸਾਡੀ ਸਰਕਾਰ ਸਾਡੇ ਫੌਜੀਆਂ ਨਾਲ ਜਮੇ ਸਮਝਦੇ ਜਿਦਾਂ ਬਾਕੀਆਂ ਨੂੰ ਤੇ ਮੈਂ ਮੈਂ ਇਸ ਸੈਂਸ ਦੇ ਵਿੱਚ ਇਹਨੂੰ ਵਰਤਿਆ ਤੇ ਬਾਕੀ ਜੇ ਤੁਹਾਨੂੰ ਠੇਸ ਲੱਗੀ ਹੈ ਤਾਂ ਮੈਂ ਖਿਮਾ ਦਾ ਮਾਹ ਜਾ ਚਗਾ ਕੋਈ ਲਗਨ ਨਹੀਂ ਮੈਂ ਕੇਸ ਕਰਨਾ ਮੈਂ ਤੁਹਾਨੂੰ ਫਿਰ ਕੇਸ ਕਰ ਲਓ ਫਿਰ ਉਹਨਾਂ ਨੇ ਕੀਤਾ ਨਹੀਂ ਜੀ ਜੀ ਉਹ ਇਹੋ ਜਿਹੇ ਸਮੱਸਿਆਵਾਂ ਆਉਣੀਆਂ ਸੁਭਾਵਿਕ ਕਈ ਵਾਰੀ ਕੀ ਹੁੰਦਾ ਕਿ ਬૌਧਿਕ ਪੱਧਰ ਸਾਡਾ ਉਹੋ ਜਿਹਾ ਨਹੀਂ ਹੁੰਦਾ ਤੇ ਕਈ ਵਾਰੀ ਵਿਅੰਗ ਨੂੰ ਅਸੀਂ ਸੀਰੀਅਸ ਲੈ ਲੈਂਦੇ ਆ ਤੇ ਬਹੁਤ ਸਾਰੇ ਸੀਰੀਅਸ ਮੁੱਦੇ ਹੁੰਦੇ ਉਹਨਾਂ ਨੂੰ ਅਸੀਂ ਹੱਸ ਕੇ ਟਾਲ ਦਿੰਨੇ ਆ ਜਾਂ ਹੱਸ ਕੇ ਛੱਡ ਦਿੰਨੇ ਆ چاہے ਆਪਣੇ ਅਸੀਂ ਸਾਫ ਸਫਾਈ ਦੀ ਗੱਲ ਕਰ ਲਈਏ ਰਿਸ਼ਵਤ ਦੀ ਗੱਲ ਕਰ ਲਈਏ ਜਾਂ ਧਾਰਮਿਕ ਕਰੈਟਾਂ ਦੀ ਗੱਲ ਕਰ ਲਈਏ ਜਿਹੜੀਆਂ ਧਰਮ ਦੇ ਨਾਂ ਤੇ ਹੁੰਦੀਆਂ ਜਿਹਨੂੰ ਆਪਾਂ ਸੌਖੇ ਸ਼ਬਦਾਂ ਵਿੱਚ ਅਡੰਬਰ ਕਰਮकांड ਜਾਂ ਅੰਧਵਿਸ਼ਵਾਸ ਕਹਿ ਦਿੰਨੇ ਆ ਉਰ ਜਿਵੇਂ ਤੁਸੀਂ ਜ਼ਿਕਰ ਕੀਤਾ ਬਈ ਅਖੌਤੀ ਸਾਧ ਲਾਣੇ ਦਾ ਜਿਹੜਾ ਖਾਸ ਤੌਰ ਤੇ ਸਾਡੇ ਦੇਸ਼ ਵਿੱਚ ਤਾਂ ਬਹੁਤ ਸਮਝੋ ਬਈ ਸਾਡੀ ਜਨਤਾ ਹੀ ਇਦਾਂ ਦੀ ਹੈ ਵੀ ਉਹ ਆਪ ਬੂਟਾ ਬੀਜਦੀ ਹੈ ਤੇ ਆਪ ਹੀ ਉਹਨੂੰ ਪਾਣੀ ਦੇ ਕੇ ਵੱਡਾ ਹਰਾ ਭਰਾ ਕਰਕੇ ਤੇ ਉਹਦੇ ਥੱਲੇ ਉਹਦੀ ਛਾਂ ਮਾਣ ਕੇ ਆਪਣੀ ਜ਼ਿੰਦਗੀ ਨੂੰ ਸੌਖਿਆਂ ਜਿਉਣਾ ਚਾਹੁੰਦੇ ਲੱਗਦਾ ਵੀ ਸ਼ਾਇਦ ਜੋ ਇਹ ਧਾਰਮਿਕ ਬਾਬਾ ਕਹਿੰਦਾ ਹੈ ਇਹਦੇ ਲਫ਼ਜ਼ ਜਾਂ ਇਹਦੇ ਸ਼ਬਦ ਉਹ ਸਾਡੀ ਜ਼ਿੰਦਗੀ ਵਾਸਤੇ ਜਿਆਦਾ ਕਾਰ ਆਮਦ ਸਾਬਤ ਹੋਣਗੇ ਖੈਰ ਵਾਰਤਕ ਤੋਂ ਇਲਾਵਾ ਆਪਣੇ ਤੁਸੀਂ ਕੁਝ ਨਾਵਲ ਵੀ ਸੀਗੇ ਜੀ ਨਾਵਲਾਂ ਦੇ ਬਾਰੇ ਥੋੜੀ ਜਿਹੀ ਮੈਂ ਗੱਲ ਜਾਨਣਾ ਚਾਹਾਂਗਾ ਕਿ ਨਾਵਲ ਦਾ ਖਿਆਲ ਕਿਦਾਂ ਆ ਕੋਈ ਪਲਾਟ ਕੋਈ ਕਹਾਣੀ ਕੋਈ ਨਾਵਲ ਤਾਂ ਇੱਕ ਹੋਰ ਬੜਾ ਵਿਸ਼ਾਲ ਹੁੰਦਾ ਹੈ ਬੜਾ ਵਿਸਤਾਰ ਹੁੰਦਾ ਉਹਦੇ ਵਿੱਚ ਇਸ ਤਰ੍ਹਾਂ ਕਿ ਮੈਨੂੰ ਜਦੋਂ ਮੈਂ ਰੇਖਾ ਚਿੱਤਰ ਲਿਖਦਾ ਸੀ ਨਾ ਤੇ ਉਹ ਇੱਕ ਤਰ੍ਹਾਂ ਦੀਆਂ ਉਹਦੇ ਵਿੱਚ ਕੁਝ ਕਹਾਣੀਆਂ ਵੀ ਦਾੰਸ਼ ਵੀ ਆ ਜਾਂਦਾ ਸੀ ਜੀ ਤੇ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਇਹ ਮੈਨੂੰ ਸੁਝਾਅ ਦਿੱਤਾ ਕਿ ਤੁਸੀਂ ਕੋਈ ਨਾਵਲ ਲਿਖੋ ਹੂੰ ਤੁਹਾਡੇ ਕੋਲ ਬਹੁਤ ਮਟੀਰੀਅਲ ਆ ਪਿੰਡਾਂ ਦਾ ਪਿੰਡਾਂ ਦੀ ਲਾਈਫ ਨੂੰ ਬਹੁਤ ਬਿਹਤਰ ਜਾਣਦੇ ਹੋ ਤੇ ਤੁਸੀਂ ਉਹਦੇ ਬਾਰੇ ਲਿਖੋ ਜੀ ਤੇ ਮੈਂ ਫਿਰ ਉਹਦੇ ਬਾਰੇ ਜਿਹੜਾ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਪਿੰਡਾਂ ਦੇ ਵਿੱਚ ਰਿਹਾ ਹਾਂ ਉਥੇ ਉਹਨਾਂ ਦੀਆਂ ਲੜਾਈਆਂ ਪੜਾਈਆਂ ਆਪਸ ਦੇ ਵਿੱਚ ਜੱਦੀ ਵੈਰ ਤੇ ਈਰਖਾਵਾਂ ਬਿਲਕੁਲ ਕਿਸ ਤਰ੍ਹਾਂ ਉਹ ਮੈਂ ਮੈਂ 57 ਬੜੀ ਵਾਰੀ ਮੈਂ ਥਾਣੇ ਵੀ ਮੈਨੂੰ ਜਾਣਾ ਪਿਆ ਉਹ ਸਿਰਫ ਇਹ ਨਹੀਂ ਕਿ ਮੈਂ ਵਿੱਚ ਕੋਈ ਰੋਲ ਅਦਾ ਕੀਤਾ ਸਿਰਫ ਪਿੰਡ 'ਚ ਰਹਿਣ ਕਰਕੇ ਉਹ ਪਾਰਟੀ ਦੇ ਤੌਰ ਤੇ ਮੇਰਾ ਨਾਂ ਵਿੱਚ ਆਵਰਿਆ ਜੀ ਤੇ ਇਸੇ ਕਰਕੇ ਮੈਂ ਪਿੰਡ ਛੱਡ ਕੇ ਬਾਅਦ ਚ ਸ਼ਹਿਰ ਵੀ ਆਇਆ ਹੂੰ ਤੇ ਉਹ ਉਹ ਸਾਰੇ ਜਿਹੜਾ ਮੈਂ ਸੀਨ ਇਹਨਾਂ ਦਾ ਬਹੁਤ ਹੀ ਨੇੜੇ ਹੋ ਕੇ ਦੇਖਿਆ ਸੀ ਜੀ ਤੇ ਇੱਕ ਮੈਂ ਕਿਤਾਬ ਲਿਖੀ ਆ ਅ ਕੋਟ ਤਨੰਤਰ ਸਿੰਘ ਕੋਟ ਤਨੰਤਰ ਸਿੰਘ ਠੀਕ ਹੈ ਹਾਂਜੀ ਤੇ ਇੱਕ ਕੋਟ ਤਨੰਤਰ ਸਿੰਘ ਫਿਰ ਕਰੈਕਟਰ ਦਾ ਨਾਮ ਕਿ ਪਿੰਡ ਦਾ ਨਾਮ ਰੱਖਿਆ ਥਾ ਇੱਕ ਤਨੰਦਰ ਇੱਕ ਪਾਤਰ ਦਾ ਨਾਮ ਸੀ ਤੇ ਉਹਦੇ ਨਾਮ ਤੇ ਫਿਰ ਉਹ ਪਿੰਡ ਹੋ ਗਿਆ ਕੋਟ ਤਨੰਦਰ ਸਿੰਘ ਬਹੁਤ ਵਧੀਆ ਇੱਕ ਇੱਕ ਸੀ ਬਾਜ ਭਰਾਵਾ ਮਾਰਿਆ ਇਹ ਮੈਂ ਬੰਦੇ ਬਾਰੇ ਲਿਖਿਆ ਵਾਹ ਇੱਕ ਮੈਂ ਲਿਖਿਆ ਇੱਕ ਯੋਧੇ ਦੀ ਦਾਸਤਾ ਇਹ ਵੀ ਟਾਈਪ ਹੀ ਹੈ ਇਹ ਹੈਗੀ ਹੈ ਸ਼ਹੀਦ ਉਦਮ ਸਿੰਘ ਬਾਰੇ ਵਾਹ ਬਹੁਤ ਅੱਛਾ ਇੱਕ ਅਲਬੇਲਾ ਮੇਰੇ ਨਾਵਲ ਦਾ ਨਾਮ ਉਹਦੇ ਵਿੱਚ ਵੀ ਸਮਾਜ ਬਾਰੇ ਜੀ ਬੜਾ ਕੁਝ ਹੈ ਮੈਂ ਐਜੂਕੇਸ਼ਨ ਲਾਈਚ ਰਿਆਂ ਇਹਦੇ ਵਿੱਚ ਬੜੀਆਂ ਕ੍ਰਿਤੀਆਂ ਨੇ ਜੀ ਤੇ ਇੱਕ ਹੈ ਪਿਉ ਦੀ ਧੀ ਹਮ ਤੇ ਇੱਕ ਉਹ ਮੇਰਾ ਨਾਵਲ ਹੈ ਉਹ ਇੱਕ ਇੱਕ ਮਹਿਲਾ ਕਰੈਕਟਰ ਹੈ ਜੀ ਉਹਦੇ ਵਿੱਚ ਉਹ ਕਿਸ ਤਰ੍ਹਾਂ ਮਤਲਬ ਪਿੰਡ ਦੀ ਸਮਾਜ ਦੇ ਵਿੱਚ ਕਿਵੇਂ ਰਾਈਜ਼ ਕਰਦੀ ਹੈ ਕਿਵੇਂ ਉਹਨਾਂ ਦਾ ਮੁਕਾਬਲਾ ਕਰਦੀ ਹੈ ਹਮ ਕਿ ਉਹ ਸਾਰਾ ਉਹਦੇ ਵਿੱਚ ਪਿਉ ਦੀ ਧੀ ਵਿੱਚ ਜੀ ਤੇ ਇਸ ਤਰ੍ਹਾਂ ਹੀ ਇੱਕ ਪਰਵਾਨੇ ਆ ਵਾਹ ਉਹਦੇ ਵਿੱਚ ਵੀ ਉਹ ਅਦਰ ਸਮਾਜ ਵਾਸਤੇ ਜੂਝਦੇ ਲੋਕਾਂ ਦੀ ਕਹਾਣੀ ਆ ਜੀ ਸੋ ਇਸ ਤਰ੍ਹਾਂ ਕਰਕੇ ਮੇਰੇ ਨਾਵਲ ਨੇ ਬਹੁਤ ਵਧੀਆ ਜੀ ਔਰ ਨਾਵਲ ਦੇ ਨਾਮ ਤੇ ਜਿੱਦਾਂ ਸੰਖੇਪ ਤੌਰ ਤੇ ਵਿਸ਼ਾ ਵਸਤੂ ਦੇ ਬਾਰੇ ਦੱਸਿਆ ਗਿਆ ਹੈ ਉਤੋਂ ਇੰਨਾ ਤਾਂ ਬੜਾ ਸਪਸ਼ਟ ਹੋ ਜਾਂਦਾ ਵੀ ਇਹ ਸਾਰੀ ਰੋਚਕਤਾ ਦੇ ਨਾਲ ਜੁੜੇ ਹੋਏ ਨਾਵਲਿਆ ਤੇ ਕਿਤਨਾ ਕਿਤੇ ਜ਼ਰੂਰ ਸਮਾਜ ਦੀ ਤਰਸ ਦੀ ਜਾਂ ਸਮਾਜ ਵਿੱਚ ਜੋ ਕੁਝ ਵਾਪਰਿਆ ਉਹਨਾਂ ਘਟਨਾਵਾਂ ਤੇ ਇਨ ਬਿਨ ਜਿਹੜੇ ਨੇ ਉਹ ਲਾਗੂ ਹੁੰਦੇ ਹੋਏ ਨਾਵਲ ਨੇ ਅ ਪ੍ਰਿੰਸੀਪਲ ਸਾਹਿਬ ਤੁਸੀਂ ਵੈਸੇ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਮੈਂ ਸਵਾਲ ਕਰਨ ਲੱਗਾ ਕਿਉਂਕਿ ਉਹ ਜ਼ਿਕਰ ਤੁਸੀਂ ਥੋੜਾ ਜਿਹਾ ਕੀਤਾ ਵੀ ਵਿਦਿਗ ਢਾਂਚੇ ਦੀਆਂ ਕ੍ਰੀਤੀਆਂ ਦੀ ਗੱਲਬਾਤ ਕੀਤੀ ਹੈ ਕੋਈ ਤੁਸੀਂ ਖੁਦ ਵੀ ਇੱਕ ਸਕੂਲ ਇੱਕ ਲੰਮਾ ਤਮਾ ਚਲਾਇਆ ਹੈ ਬਤੌਰ ਪ੍ਰਿੰਸੀਪਲ ਦੇ ਤੌਰ ਤੇ ਸੇਵਾਵਾਂ ਦਿੱਤੀਆਂ ਨੇ ਇਹ ਕਿੰਨਾ ਕੋ ਫਰਕ ਲੱਗਦਾ ਯਾਰ ਤੁਹਾਡੇ ਜਿਹੜਾ ਅਜ ਤੋਂ 20 25 30 ਸਾਲ ਪਹਿਲਾਂ ਵਿਦਿਅਕ ਢਾਂਚਾ ਸਾਡਾ ਸੀਗਾ ਜਾਂ ਮੌਜੂਦਾ ਸਮੇਂ ਢਾਂਚਾ ਹੈਗਾ ਵਾ ਇਹ ਚ ਫਰਕ ਕੀ ਦਿਖਦੇ ਹੋ ਵੱਡਾ ਫਰਕ ਉਸ ਤਰ੍ਹਾਂ ਹੈ ਕਿ ਦੇਖੋ ਜਦੋਂ ਮੈਂ 1969 ਦੇ ਵਿੱਚ ਮੈਟਰ ਕੀਤੀ ਹੈ ਉਸ ਵਕਤ ਤੁਸੀਂ ਯਕੀਨ ਜਾਣੋ ਕਿ ਜਿਹੜਾ ਸਾਡਾ ਸੈਂਟਰ ਬਣਿਆ ਸੀ ਉਹਦੇ ਵਿੱਚ ਚਿੜੀ ਨਹੀਂ ਫਟਕ ਸਕਦੀ ਹਮ ਬਿਲਕੁਲ ਅ ਬਿਲਕੁਲ ਤਿੰਨ ਘੰਟੇ ਚੁੱਪਚਾਪ ਸੀ ਜੀ ਅਸੀਂ ਕਿਹੜਾ ਕੋ ਖੱਬੇ ਸਿਰ ਜਿੱਤਨਾ ਵੇਖ ਨਹੀਂ ਸਕਦੇ ਜੀ ਤੇ ਉਸ ਉਹ ਵਕਤ ਵੀ ਮੈਂ ਵੇਖਿਆ ਜੀ ਮੈਂ ਸਕੂਲ ਦੇ ਵਿੱਚ ਜਦੋਂ ਪੜਦਾ ਸੀ ਉਦੋਂ ਮਾਹੌਲ ਦੇਖਿਆ ਬੜੇ ਸੀਰੀਅਸ ਅਸੀਂ ਜੀ ਤੇ ਉਹੀ ਲੋਕ ਪੜਦੇ ਸੀ ਜਿਨ੍ਹਾਂ ਨੂੰ ਪੜਨਾ ਹੁੰਦਾ ਹਮ ਬਿਲਕੁਲ ਤੇ ਜੇ ਹੁਣ ਤੇ ਸਾਰਿਆਂ ਲਈ ਕੰਪਲਸਰੀ ਕਰਤੇ ਜਿਨ੍ਹਾਂ ਨੂੰ ਨਹੀਂ ਪੜਨਾ ਉਹ ਵੀ ਵਿੱਚ ਆ ਹੁੰਦੇ ਆ ਤਾਂ ਦੂਸਰਿਆਂ ਨੂੰ ਡਿਸਟਰਬ ਕਰ ਸਕਦੇ ਆ ਜੀ ਤੇ ਉਸ ਵਕਤ ਮੈਂ ਦੇਖਿਆ ਸੀ ਕਿ ਪੜਾਈ ਦਾ ਮਤਲਬ ਸੀ ਕਿ ਪੜ੍ਹ ਲੈ ਕੇ ਕੋਈ ਸਮਾਜ ਦੀ ਪਰਿਵਾਰ ਦੀ ਜੀਸ਼ ਦੀ ਸੇਵਾ ਕਰਉ ਜੀ ਇਹ ਪੜਾਈ ਦੇ ਵਿੱਚ ਸਿਖਾਇਆ ਜਾਂਦਾ ਸੀ ਹੂੰ ਤੇ ਇਹਦੇ ਵਾਲੀ ਇਹ ਜਿਹੜਾ ਨਾ ਉਸ ਵਕਤ ਇਹੀ ਅਸੀਂ ਗ੍ਰਹਿਣ ਕੀਤਾ ਜੀ ਲੇਕਿਨ ਜਦੋਂ ਪ੍ਰਤਾਪ ਸਿੰਘ ਕੈਰੋਂ ਵੇਲੇ ਇੱਕ ਉਹਨਾਂ ਫਰਮਾਨ ਛੱਡਿਆ ਕਿ ਜਿਹਨਾਂ ਟੀਚਰਾਂ ਦਾ ਜਿਹੜਾ ਰਿਜ਼ਲਟ ਮਾੜਾ ਹੋਏਗਾ ਉਹਨਾਂ ਨੂੰ ਉਹਨਾਂ ਦੀ ਤਰੱਕੀਆਂ ਰੋਕ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਪਨਿਸ਼ ਕੀਤਾ ਜਾਏਗਾ ਤੇ ਉਹਨਾਂ ਸਾਡੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੇ ਆਪਣਾ ਰਿਜ਼ਲਟ ਬਣਾਉਣ ਵਾਸਤੇ ਫਿਰ ਨਕਲ ਕਰਾਉਣੀ ਸ਼ੁਰੂ ਕਰ ਦਿੱਤੀ ਉਹ ਨਕਲ ਦਾ ਜਿਹੜਾ ਸ਼ੁਰੂਆਤ ਸੀ ਉਸ ਤੋਂ ਬਾਅਦ ਨਕਲ ਬੇਰੋਕ ਹੋ ਗਈ ਜੀ ਤੇ 1970 ਤੋਂ ਲੈ ਕੇ ਮੈਂ ਸਮਝਦਾ ਅੱਜ ਤੱਕ ਜੀ ਅੱਜ ਤੱਕ ਵੀ ਅੱਜ ਸਾਡੇ ਇਗਜ਼ਾਮ ਚੱਲ ਰਹੇ ਨੇ ਚੱਲ ਰਹੇ ਬਿਲਕੁਲ ਸਹੀ ਹੈ ਚੱਲ ਰਹੇ ਨੇ ਅੱਜ ਤੱਕ ਵੀ ਮੈਂ ਦੇਖਦਾ ਵੀ ਗਵਰਨਮੈਂਟ ਭਾਵੇਂ ਜਿੰਨੀ ਮਰਜ਼ੀ ਟਾਰਾ ਮਾਰਦੀ ਹੈ ਵੀ ਅਸੀਂ ਫਲਾਈਂਗ ਸਕੁਐਡ ਛੱਡੇ ਹੋਏ ਆ ਆਬਜ਼ਰਵਰ ਛੱਡੇ ਹੋਏ ਆ ਸਾਰੇ ਬੜੀ ਅਸੀਂ ਮਤਲਬ ਇਮਤਿਹਾਨ ਚਾਹੁੰਦੇ ਆ ਕਿ ਮੈਦਾਨ ਨਕਲ ਹੋਵੇ ਪਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਰੱਜ ਕੇ ਅੱਜ ਵੀ ਨਕਲ ਵਜਦੀ ਹੈ ਬਿਲਕੁਲ ਇਹ ਮੈਂ ਸਮਝਦਾ ਵਾਕਈ ਬਹੁਤ ਦੁਖਦ ਪਹਿਲੂ ਹੈਗਾ ਆ ਤੇ ਜੇ ਅਸੀਂ ਅਸਮਨਲਾਦਾ ਵੀ ਜਿਹੜੀ ਇਹ ਗੱਲ ਦਾ ਵਿਸ਼ਾ ਵਸਤੂ ਸੀ ਉਹ ਸਰਕਾਰ ਦੇ ਨਾਲ ਜੁੜਿਆ ਸੀ ਤੇ ਸਰਕਾਰੀ ਸਕੂਲਾਂ ਨਾਲ ਜੁੜਿਆ ਹੋਇਆ ਸੀ ਜਾਂ ਉਹ ਸਕੂਲ ਸੀ ਜਿਹੜੇ ਸਰਕਾਰ ਤੋਂ ਮਾਨਤਾ ਪ੍ਰਾਪਤ ਹੈਗੇ ਆ ਜੇ ਅਸੀਂ ਦੂਸਰੇ ਕਾਲਵਨ ਸਕੂਲਾਂ ਦੀ ਗੱਲ ਕਰਦੇ ਆ ਉੱਥੇ ਤਾਂ ਜਿਹੜਾ ਸਿਸਟਮ ਉਹ ਬਿਲਕੁਲ ਇੱਕ ਵੱਖਰੀ ਦੁਨੀਆ ਹੈ ਇੱਕ ਵੱਖਰਾ ਪ੍ਰੋਪਾਗੈਂਡਾ ਹੈਗਾ ਉਹਦੇ ਕਿਤੇ ਅਸੀਂ ਫਿਰ ਗੱਲਬਾਤ ਕਰਾਂਗੇ ਕਿਉਂਕਿ ਸਮਾਂ ਵੀ ਜਿਹੜਾ ਉਹ ਆਪਣੀ ਰਫ਼ਤਾਰ ਦੇ ਨਾਲ ਅੱਗੇ ਨੂੰ ਵਧ ਰਿਹਾ ਹੈ ਸੋ ਇੱਕ ਕਿਤਾਬਾਂ ਮਾਰੀ ਆਪਾਂ ਹੋਰ ਗੱਲ ਕਰੀਏ ਕਿਉਂਕਿ ਪ੍ਰੋਗਰਾਮ ਦੇ ਵਿਸ਼ੇ ਤੋਂ ਅਸੀਂ ਬਾਹਰ ਨਹੀਂ ਜਾਣਾ ਪਰ ਉਹ ਵਿਸ਼ਾ ਸਵਾਲ ਬੜਾ ਜ਼ਰੂਰੀ ਸੀ ਕਿਉਂਕਿ ਪ੍ਰਿੰਸੀਪਲ ਸਾਹਿਬ ਸਾਡੇ ਕੋਲ ਬੈਠੇ ਹੋਣ ਤੇ ਉਹਨਾਂ ਦੇ ਐਜੂਕੇਸ਼ਨ ਦਾ ਜੋ ਤਜਰਬਾ ਹੋਵੇ ਜਿਸ ਅਸੀਂ ਉਹਦੇ ਤੋਂ ਕੁਝ ਸਿੱਖਣਾ ਪਏ ਤੇ ਇਹ ਵੀ ਮੈਂ ਸਮਝਦਾ ਹਾਂ ਕਿ ਸਾਡੇ ਵਾਸਤੇ ਇੱਕ ਅਣਗਹਿਲੀ ਵੀ ਹੋ ਗਈ ਤੇ ਮਾੜੀ ਗੱਲ ਹੋਊਗੀ ਅ ਕੁਝ ਕਿਤਾਬਾਂ ਸੀ ਤੁਹਾਡੀਆਂ ਜਿਵੇਂ ਇੱਕ ਗੁੱਜੇ ਮਨੁੱਖ ਸੀਗੇ ਇੱਕ ਭਾਵਣ ਲੱਠੇ ਸੀਗੇ ਇਹ ਦੋ ਕਤਬਾਂ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ ਕਿ ਇਹਨਾਂ ਦੋ ਕਤਬਾਂ 'ਚ ਵੱਖਰਾ ਕੀ ਆ ਕਿਉਂਕਿ ਇਹ ਨਾ ਤਾਂ ਕਹਾਣੀਆਂ ਨਾ ਇਹ ਨਾਵਲ ਆ ਨਾ ਇਹ ਵਰਤਕ ਆ ਇਹਦੇ ਵਿੱਚ ਵੱਖਰਾ ਤੁਸੀਂ ਕੀ ਕੀਤਾ ਦੇਖੋ ਲਿਖੇ ਤੇ ਵਰਤਕ ਦੇ ਵਿੱਚ ਹੀ ਨੇ ਜ਼ਿਕਰ ਨਾ ਇਹਦੇ ਵਿੱਚ ਮੈਂ ਦੇਖਿਆ ਕਿ ਸਾਡੇ ਸਮਾਜ 'ਚ ਉਹਨਾਂ ਲੋਕਾਂ ਦੀ ਕੋਈ ਚਰਚਾ ਨਹੀਂ ਜੀ ਜਿਹੜੇ ਕਿ ਰਾਜਨੀਤਿਕ ਨਹੀਂ ਜਿਹੜੇ ਕਿ ਧਾਰਕ ਉਹ ਜਾਂ ਪੈਸੇ ਵਾਲੇ ਨਹੀਂ ਜੀ ਸਹੀ ਗੱਲ ਤੇ ਕੁਝ ਲੋਕ ਹੁੰਦੇ ਆ ਜਿਹੜੇ ਪੈਸੇ ਨੂੰ ਪਿਆਰ ਨਹੀਂ ਕਰਦੇ ਰਾਜਨੀਤੀ ਚ ਨਹੀਂ ਆਉਂਦੇ ਉਹਨਾਂ ਦਾ ਉਹਨਾਂ ਦੀ ਆਪਣੀ ਇੱਕ ਸੋਚ ਹੁੰਦੀ ਹੈ ਉਹ ਆਪਣੀ ਸੋਚ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਬਸਰ ਕਰਦੇ ਆ ਬਿਲਕੁਲ ਤੇ ਉਸ ਹਾਲਤ ਦੇ ਵਿੱਚ ਜੋ ਉਹਨਾਂ ਦਾ ਜੀਵਨ ਹੋਏਗਾ ਉਹਨਾਂ ਦੇ ਲੱਠੇ ਦਾ ਮਤਲਬ ਇਹ ਜਿਹੜਾ ਬਿਲਕੁਲ ਹੀ ਬੰਦਾ ਬੇਪਰਵਾਹ ਹੋਵੇ ਵਾਹ ਜਿ ਤਰ੍ਹਾਂ ਜਿ ਤਰ੍ਹਾਂ ਪ੍ਰਭਾਚਰ ਪੂਰਨ ਸੰਖਸੀ ਉਹਨੂੰ ਮੈਂ ਇੱਕ ਪੰਜਾਬ ਦਾ ਪਹਿਲਾ ਲਠਾ ਕਹਿੰਦਾ ਹੂੰ ਤੇ ਇਸ ਤਰ੍ਹਾਂ ਇਹ ਇਹੋ ਜਿਹੇ ਲੋਕ ਜਿਹੜੇ ਕਿ ਆਪਣੇ ਬਾਰੇ ਨਹੀਂ ਜੀ ਲੋਕਾਂ ਬਾਰੇ ਸੋਚਦੇ ਨੇ ਹੂੰ ਉਹ ਹਮੇਸ਼ਾ ਹੀ ਲੋਕਾਂ ਵਾਸਤੇ ਜੀਉਂਦੇ ਨੇ ਉਹਨਾਂ ਨੂੰ ਮੈਂ ਲਠੇ ਕਹਿੰਦਾ ਜੀ ਜੀ ਤੇ ਉਥੋਂ ਮੈਂ ਉਹਨਾਂ 52 ਲੋਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਆਪਣੇ ਆਪਣੇ ਵੇਲੇ ਜਿਹੜੇ ਆ ਆਪਣਾ ਲਠਾਪਣ ਦਿਖਾਇਆ ਤੇ ਸਮਾਜ ਦੀ ਸੇਵਾ ਕੀਤੀ ਹੈ ਜੀ ਬਿਲਕੁਲ ਜੀ ਉਥੋਂ ਗੱਡੀ ਚਲਦੀ ਚਲਦੀ ਮੈਂ ਇਹ ਵੀ ਦੇਖਿਆ ਕਿ ਸਾਡੇ ਸਮਾਜ ਚ ਉਹ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਨਾਇਕ ਹਨ ਲੇਕਿਨ ਉਹਨਾਂ ਦੀ ਜਿਹੜੀ ਅਸਲੀ ਜ਼ਿੰਦਗੀ ਹੈ ਉਹ ਉਹ ਨਾਇਕਾਂ ਵਾਲੀ ਨਹੀਂ ਜੀ ਉਹ ਹੈਗੀ ਆ ਮੌਕਾਪਰਸਤੀ ਦੀ ਖਲ ਨਾਇਕ ਬਣ ਗਏ ਖਲ ਨਾਇਕ ਵਾਲੀ ਹੈ ਜੀ ਤੇ ਮੈਂ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਵੀ ਜਿਨ੍ਹਾਂ ਨੇ ਮਤਲਬ ਨਾਇਕੀ ਜਾਂ ਲੋਕ ਨੇਤਾ ਜੀ ਹੁਣ ਦਾ ਦੀਆੜ ਹੀਟ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਦਾ ਸ਼ੋਸ਼ਣ ਕੀਤਾ ਲੋਕਾਂ ਲੋਕਾਂ ਨੂੰ ਬੇਕੂਬ ਬਣਾਇਆ ਲੋਕਾਂ ਨੂੰ ਨੇਰੇਵਾਲ ਖੜਿਆ ਤੇ ਉਹ ਉਹਨਾਂ ਲੋਕਾਂ ਦਾ ਇਹ ਪ੍ਰਿੰਸਪਲ ਸਾਹਿਬ ਦੇ ਵਿੱਚ ਰਾਜਨੀਤਿਕ ਦੇ ਧਾਰਮਿਕ ਕੁਝ ਜ਼ਿਆਦਾ ਹੋਣੀ ਮੇਰੇ ਖਿਆਲ ਚ ਨੈਚੁਰਲੀ ਇਹ ਹੋਈ ਲੋਕ ਨੇ ਜਿਹੜੇ ਮੈਂ ਰਾਜਨੀਤਿਕ ਜੀ ਰਾਜਨੀਤਿਕ ਧਾਰਮਿਕ ਹੂੰ ਤੇ ਇਹ ਜਿਹੜੇ ਹੈਗੇ ਨੇ ਅ ਬਨੇਤਾ ਲੋਗ ਨੇ ਇਹਨਾਂ ਚ ਇਹ ਸਾਰੇ ਨੇਤਾ ਇਹ ਸਾਰੇ ਬਨੇਤਾ ਹੀ ਨੇ ਜੀ 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 ਇਹ ਸਾਰੇ ਐਕਟਿੰਗ ਹੀ ਕਰਦੇ ਨੇ ਇਹਨਾਂ ਦੀ ਹਾਥੀ ਦੇ ਦੰਦ ਵਾਂਗ ਖਾਣ ਵਾਲੇ ਹੋਰ ਹੁੰਦੇ ਹੋਰ ਹੁੰਦੇ ਆ ਅਜੇ ਤੱਕ ਮੈਂ ਦੇਖ ਰਿਹਾ ਕਿ ਕੋਈ ਬੰਦਾ ਅਸਲੀਅਤਰ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਉਹ ਬਸ ਇੱਕ ਦੋਹਰੀ ਜ਼ਿੰਦਗੀ ਜੀ ਰਿਹਾ ਜੇਕਰ ਜਿਹੜੀ ਉਹਨੇ ਸ਼ੋਕ ਬਾਹਰ ਜਿਹੜੀ ਆ ਦਿਖਾਵਾ ਕੀਤਾ ਤੇ ਇੱਕ ਉਹਦੀ ਰੀਅਲ ਜ਼ਿੰਦਗੀ ਹੈ ਗੁੱਝੇ ਮਨੁੱਖ ਦੇ ਵਿੱਚ ਮੈਂ ਉਹਨਾਂ ਦੀ ਜਿਹੜੀ ਅਸਲੀ ਜ਼ਿੰਦਗੀ ਆ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜੀ ਬਿਲਕੁਲ ਜੀ ਪ੍ਰਿੰਸੀਪਲ ਸਾਹਿਬ ਵਾਰਤਕ ਲਿਖਦੇ ਕਹਾਣੀ ਲਿਖਦੇ ਨਾਵਲ ਲਿਖਦੇ ਕਿਸੇ ਬਾਰੇ ਲਿਖਣਾ ਮੇਰੇ ਸਾਬ ਨਾਲ ਬਹੁਤ ਔਖਾ ਵੀ ਕੰਮ ਨਹੀਂ ਹੁੰਦਾ ਮੁਕਾਬਲੇ ਇਸ ਗੱਲ ਦੇ ਕਿ ਆਪਣੇ ਬਾਰੇ ਲਿਖਣਾ ਤੇ ਤੁਸੀਂ ਸਵੈ ਜੀਵਨੀ ਵੀ ਲਿਖੀ ਹੈ ਉਹਦੇ ਉੱਤੇ ਵੀ ਫਿਰ ਤੁਸੀਂ ਜਿਹੜਾ ਉਹ ਪੈਮਾਨਾ ਉਹੀ ਰੱਖਿਆ ਜਿਹੜਾ ਦੂਜਿਆਂ ਬਾਰੇ ਲਿਖਦੇ ਸੀ ਕਿ ਉੱਥੇ ਫਿਰ ਥੋੜਾ ਕੋਈ ਝੋਲ ਵੀ ਕੀਤਾ ਵਿੱਚ ਮਾੜਾ ਮਾੜਾ ਤੇ ਔਰ ਖਿਆਲ ਕਿਦਾਂ ਆਇਆ ਸਵੈ ਜੀਵਨੀ ਲਿਖਣ ਦਾ ਦੇਖੋ ਜੀ ਕਿ ਲੋਕ ਸਹਿਤਕਾਰ ਆਪਣੀਆਂ ਜੀਵਨੀਆਂ ਲਿਖਦੇ ਨੇ ਹੂੰ ਉਹਦੇ ਵਿੱਚ ਮੈਂ ਦੇਖਦਾ ਕਿ ਉਹ ਸਵੈ ਜੀਵਨੀਆਂ ਦੇ ਵਿੱਚ ਅੱਧਾ ਕਿ ਜਿਹੜਾ ਉਹ ਕਲਪਨਿਕ ਹੁੰਦਾ ਤੇ ਅੱਧਾ ਕਿ ਸਚਾਈ ਹੁੰਦੀ ਹੈ ਅੱਛਾ ਜੀ ਥੋੜਾ ਕੋਈ ਵਧ ਘਟ ਵੀ ਹੁੰਦਾ ਹਰ ਜੀ ਜੀ ਬਿਲਕੁਲ ਜੀ ਉਹ 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 ਨਾ ਉਹ ਜ਼ਰੂਰੀ ਵੀ ਹੈ ਨਾ ਜੇ ਉਹ ਨਹੀਂ ਹੋਊਗਾ ਤੇ ਉਹ ਜੇ ਥੋੜਾ ਝੂਠ ਦਾ ਨਹੀਂ ਹੋਗਾ ਤਾਂ ਤੁਸੀਂ ਸਵੈ ਜੀਵਨ ਲਿਖ ਨਹੀਂ ਸਕਦੇ ਨਾ ਤੁਸੀਂ ਕੋਈ ਕੋਈ ਕੁਐਸਚਨ ਨਹੀਂ ਲਿਖ ਸਕਦਾ ਗਹਿਣਾ ਨਹੀਂ ਬਣ ਸਕਦਾ ਉਹ ਥੋੜਾ ਜਿਹਾ ਘੋਟਣਾ ਪਈ ਹੈ ਹਾਂ ਬਿਲਕੁਲ ਜ਼ਰੂਰੀ ਵੀ ਇਹ ਤੇ ਠੀਕ ਹੈ ਜੀ ਲੇਕਿਨ ਮਤਲਬ ਨੇਰੀ ਨਰਾ ਝੂਠ ਲਿਖ ਦੇਣਾ ਜਾਂ ਆਪਣੇ ਆਪ ਨੂੰ ਹੀਰੋ ਸ਼ੋਅ ਕਰਨਾ ਤੇ ਆਪਣੀ ਜਿਹੜੀ ਅਸਲੀ ਜ਼ਿੰਦਗੀ ਹੋ ਰਣੀ ਮੈਂ ਕੁਝ ਜੜੀਆਂ ਆਤਮ ਕਥਾਵਾਂ ਲਿਖਿਆ ਗਿਆ ਉਹਨਾਂ ਚ ਇਹ ਨੁਕਸਾਂ ਵਿੱਚ ਇਹਦੇ ਵਿੱਚ ਜੋ ਮੈਂ ਆਪਣੀ ਕਥਾ ਕਹਾਣੀ ਹੈ ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਇਹ ਆਪਣੇ ਜੋ ਮੈਂ ਆਪਣੀ ਜ਼ਿੰਦਗੀ ਚ ਕੜੀ ਖੋਲਦਾ ਰਿਆਂ ਬਿਲਕੁਲ ਜੀ ਇਹਦੇ ਵਿੱਚ ਮੈਂ ਜੋ ਵੀ ਚੰਗਾ ਮੰਦਾ ਕਿਸੇ ਨੂੰ ਚੰਗਾ ਲੱਗਾ ਮੰਦਾ ਲੱਗਾ ਕਿਸ ਤਰ੍ਹਾਂ ਵੀ ਹੁਣ ਮੇਰੇ ਘਰ ਦੇ ਵਿੱਚ ਅ ਮੇਰੇ ਦੋਨੋਂ ਲੜਕੇ ਨੇ ਚੰਗੇ ਤਗੜੇ ਅਫਸਰ ਨੇ ਇੱਕ ਪੀਐਸਡੀ ਵਿੱਚ ਇੱਕ ਲੜਕਾ ਮੇਰਾ ਬਹੁਤ ਸੁਪਰ ਸਪੈਸ਼ਲਿਸਟ ਸਰਜਨ ਹੈ ਜੀ ਅਚਾ ਤੇ ਮੇਰੀ ਵਾਈਫ ਵੀ ਪੜੀ ਲਿਖੀ ਹੈ ਲੇਕਿਨ ਇਹ ਤਿੰਨ ਬੰਦੇ ਨੇ ਇਹਨਾਂ ਤਿੰਨਾਂ ਨੂੰ ਸਹਿਤਕ ਦੀ ਸਹਿਤ ਦੇ ਵਿੱਚ ਕੋਈ ਰੁਚੀ ਨਹੀਂ ਜੀ ਉਹਨਾਂ ਮੈਨੂੰ ਕਦੀ ਇਨਕਰੇਜ ਨਹੀਂ ਕੀਤਾ ਹੂੰ ਉਹ ਕਦੀ ਵੀ ਮੈਂ ਜਦੋਂ ਕਿਤਾਬ ਲਿਖਦਾ ਤੇ ਉਹ ਕਹਿੰਦੇ ਆ ਵੀ ਇਹ 10-20 ਹਜ਼ਾਰ ਹੋਰ ਗਏ ਹਾਂ ਠੀਕ ਹੋਰ ਗਏ ਇਹ ਮੈਂ ਜਿਹੜੀਆਂ ਕਿਤਾਬਾਂ ਲਿਖੀਆਂ ਉਹ ਸਮਝਦਾ ਕਿ ਇਹਨਾਂ ਨੇ ਸਾਰਾ ਪੈਸਾ ਉਜਾੜਿਆ ਉਹ ਸਮਝਦਾ ਹੈ ਵੀ ਜਿਹੜੀ ਅਸਲੀ ਜੀਵਨ ਹੁੰਦਾ ਹੈ ਉਹਦੇ ਵਿੱਚ ਕਮਾਈ ਵੀ ਹੋਵੇ ਬਿਲਕੁਲ ਜੀ ਤੇ ਫਿਰ ਅਸੀਂ ਸਮਝਦੇ ਹਾਂ ਕਿ ਕੁਝ ਸਫਲਤਾ ਵੱਲ ਵੱਧ ਰਿਹਾ ਹੈ ਜੀ ਤੇ ਮੈਂ ਇਹ ਸਮਝਦਾ ਕਿ ਇਹ ਕੰਮ ਵੀ ਜ਼ਰੂਰੀ ਹੈ ਜੀ ਇਹ ਇਹ ਇਸ ਕੰਮ ਨੂੰ ਵੀ ਜ਼ਰੂਰੀ ਹੈ ਸੋ ਮੈਂ ਬੜੀ ਘਰ ਦੀ ਅਪੋਜੀਸ਼ਨ ਦੇ باوجود ਮੈਂ ਬਹੁਤ ਮਾ ਟਪੋਜੀਸ਼ਨ ਹੋਈ ਡਾਡੀ ਹਾਂ ਮੇਰੀ ਬਹੁਤ اپੋਜੀਸ਼ਨ ਮੈਂ ਮੈਂ ਨਾ ਆਪਣੀ ਕਥਾ ਕਹਾਣੀ ਦੇ ਵਿੱਚ ਲਿਖਿਆ ਕਿ ਮੇਰੀ 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 69 ਦੇ ਵਿੱਚ 1969 ਵਿੱਚ ਮੈਰਿਜ ਹੋਇਆ ਸੀ ਤੇ ਮੈਂ ਮੇਰੀ ਲਵ ਮੈਰੇ ਸੀ ਮੇਰੀ ਜਿਹੜੀ ਜੀਵਨ ਸਾਥੀ ਹੈ ਕਿਸੇ ਸਮੇਂ ਮੇਰੀ ਵਿਦਿਆਰਥਣ ਰਹੀ ਸੀ ਜੀ ਤੇ ਉਸ ਵਕਤ ਬੜਾ ਮਤਲਬ ਉਦੋਂ ਮੈਂ ਜਦੋਂ ਰਿਸ਼ਤਾ ਚੱਲਿਆ ਮੈਨੂੰ ਇੰਨੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ 3-4 ਸਾਲ ਲੱਗ ਗਏ ਨੇ ਮੈਚ्योर ਹੋਣ ਚ ਤੇ ਉਹਦੇ ਵਿੱਚ ਮੈਂ ਇਹ ਵੀ ਲਿਖਿਆ ਕਿ ਮੇਰੀ ਵਾਈਫ ਜਿਹੜੀ ਹੈ ਮੈਨੂੰ ਬਹੁਤ ਹੀ ਪਿਆਰ ਕਰਦੀ ਸੀ ਉਹ ਮੈਂ ਆਪਣੀ ਕਥਾ ਕਹਾਣੀ ਚ ਲਿਖ ਬੈਠਾ ਅੱਛਾ ਜੀ ਤੇ ਮੇਰੀ ਵਾਈਫ ਨੇ ਕਿਹਾ ਵੀ ਮੈਂ ਵਿਆਹ ਉੱਥੇ ਹੀ ਕਰਾਉਣਾ ਜਾਂ ਨਹੀਂ ਕਰਾਉਣਾ ਉਹ ਮੇਰੀ ਵਾਈਫ ਨੇ ਪੜ੍ਹਿਆ ਤੇ ਉਹ ਕਹਾ ਜੀ ਮੇਰੇ ਜਦੋਂ ਮਾਪੇ ਪੜਨਗੇ ਕਿ ਡਿਖੜੀ ਇਸ ਤਰ੍ਹਾਂ ਦੀ ਸੀ ਕਿ ਆਪਣੀਆਂ ਮਨਮਰਜ਼ੀਆਂ ਕਰਦੀ ਸੀ ਮੈਂ ਕਹਾਂ ਇਹ ਮੈਂ ਸਚਾਈ ਲਿਖੀ ਹੈ ਇਹਦੇ ਵਿੱਚ ਜੇ ਗਲਤ ਹੈਗਾ ਤੇ ਦੱਸ ਹੂੰ ਤੇ ਸੋ ਇਸ ਤਰ੍ਹਾਂ ਕਰਕੇ ਘਰ ਦੇ ਵਿੱਚ ਕੋਈ ਮਤਲਬ ਇਨਕਰੇਜਮੈਂਟ ਨਹੀਂ ਮਿਲੀ ਪਰ ਇਹਨੂੰ ਮੈਂ ਨਾ ਪੋਜੀਟਿਵਲੀ ਲਿਆ ਕਿ ਜਿੰਨੀ ਮੇਰੀ اپੋਜੀਸ਼ਨ ਹੋਈ ਉਹਨਾਂ ਮੈਂ ਜਿਹੜਾ ਫਿਰ ਸ਼ਿੱਦਤ ਦੇ ਨਾਲ ਲਿਖਿਆ ਸ਼ਿੱਦਤ ਨਾਲ ਕੰਮ ਹੈ ਬਹੁਤ ਇਹ ਮੇਰੇ ਵਾਸਤੇ ਜਿਹੜਾ ਨਾ ਇੱਕ ਜੀ ਮੋਟੀਵੇਸ਼ਨਲ ਕੰਮ ਕੀਤਾ ਮੋਟੀਵੇਸ਼ਨ ਦਾ ਕੰਮ ਕੀਤਾ ਚੱਕ ਚੁਣੌਤੀ ਆਈ ਚੈਲੰਜ ਹੋ ਗਿਆ ਚੈਲੰਜ ਹੋ ਗਿਆ ਤੁਸੀਂ ਚੈਲੰਜ ਐਕਸੈਪਟ ਕਰਕੇ ਚੁਣੌਤੀ ਕਰ ਦਿੱਤੀ ਤੁਸੀਂ ਆਪਣੀ ਕਰੀ ਚੱਲੋ ਮੈਂ ਆਪਣੇ ਰਸਤੇ ਤੇ ਚੱਲਣਾ ਇਹ ਬਹੁਤ ਵਧੀਆ ਜੀ ਅਸੀਂ ਅਰਦਾਸ ਕਰਦੇ ਹਾਂ ਕਿ ਕਿਉਂਕਿ ਸਾਹਿਤ ਦਾ ਖੇਤਰ ਵਾਹਿਦ ਮੈਂ ਸਮਝ ਕਹੋ ਜੇ ਖੇਤਰ ਹੈ ਜਿਹਦੇ ਤੇ ਬਹੁਤ ਜ਼ਿਆਦਾ ਕੰਮ ਹੋਣਾ ਚਾਹੀਦਾ ਆ ਕਿਉਂਕਿ ਸਾਹਿਤ ਨੇ ਜਿਹੜੇ ਰੈਵਿਊਸ਼ਨ ਲਿਆਂਦੇ ਹਨ ਉਹ ਸ਼ਾਇਦ ਸਾਡੀਆਂ ਜੰਗਾਂ ਤੇ ਜੰਗਾਂ ਵਿੱਚ ਇਸਤੇਮਾਲ ਹੋਣ ਵਾਲੇ ਟੈਂਕ ਤੋਪ ਲੜਾਈਆਂ ਝਗੜੇ ਪਰਮਾਣੂ ਉਹ ਵੀ ਉਹਨਾਂ ਰੈਵੋਲੂਸ਼ਨ ਨਹੀਂ ਕ੍ਰੀਏਟ ਕਰ ਸਕਦੇ ਜੋ ਇੱਕ ਲਿਟਰੇਚਰ ਜਾਂ ਸਾਹਿਤ ਆਪਣੇ ਸਮਾਜ ਨੂੰ ਆਪਣੀ ਕਮਿਊਨਿਟੀ ਨੂੰ ਆਪਣੇ ਦੇਸ਼ ਨੂੰ ਜਿਹੜਾ ਉਹ ਅੱਗੇ ਲਿਜਾਉਣ ਦੇ ਵਿੱਚ ਕਰ ਆਮਦ ਸਬਤ ਹੋ ਸਕਦਾ ਹੈ ਸੋ ਅਸੀਂ ਅਰਦਾਸ ਕਰਦੇ ਹਾਂ ਵੀ ਤੁਹਾਡੀ ਕਲਮ ਇਸੇ ਤਰ੍ਹਾਂ ਚੱਲਦੀ ਰਹੇ ਇੱਕ ਜਾਂਦੀ ਜਾਂਦੇ ਮੈਂ ਇੱਕ ਆਖਰੀ ਸਵਾਲ ਮੈਂ ਜ਼ਰੂਰ ਕਰਨਾ ਚਾਹਾਂਗਾ ਜਿਵੇਂ ਨਾ ਤੁਸੀਂ ਜ਼ਿਕਰ ਕੀਤਾ ਵੀ ਫੈਮਿਲੀ ਵਿੱਚੋਂ ਕਹਿੰਦੇ ਵੀ ਤਾਂ ਪੈਸੇ ਉਜਾੜਦਾ 10-20 ਹਜ਼ਾਰ ਰੁਪਏ ਹੋਰ ਗਿਆ ਇਹ ਵਾਕਏ ਸੱਚ ਹੈ ਪ੍ਰਿੰਸੀਪਲ ਸਾਹਿਬ ਕਿਉਂਕਿ ਜਦੋਂ ਅਸੀਂ ਅੱਜ ਦੇ ਸਮੇਂ 'ਚ ਵੇਖਦੇ ਨਾ ਜਿਵੇਂ ਤੁਸੀਂ ਜੋ ਨਾਨਕ ਸਿੰਘ ਹੁਣ ਦਾ ਜ਼ਿਕਰ ਕੀਤਾ ਬੇ ਕਵਿਤਾਵਾਂ ਦੀ ਗੱਲ ਸੀ ਉਹ ਇੱਕ ਇਹੋ ਜਿਹਾ ਵਿਲੈਸੀ ਜੀ ਤੁਸੀਂ ਨਾਨਕ ਸਿੰਘ ਕੋਲ ਆਪਣੀ ਕਵਿਤਾ ਦੀ ਕਿਤਾਬ ਲੈ ਕੇ ਗਏ ਉਹਨਾਂ ਨੂੰ ਪੜ੍ਹਿਆ ਜਾਂ ਨਿਠ ਕੇ ਫਿਰ ਉਹਨਾਂ ਨੇ ਉਹਦੇ ਬਾਰੇ ਆਪਣੀ رائے ਦਿੱਤੀ ਹੈ ਅੱਜ ਸਮਾਂ ਇਹੋ ਜਿਹਾ ਬਣ ਚੁੱਕਿਆ ਹੈ ਹੋ ਗਿਆ ਵੀ ਸ਼ਾਇਦ ਉਦੋਂ ਇੱਕ ਤਾਂ ਲਿਖਣ ਵਾਲੇ ਘੱਟ ਸੀ ਪੜ੍ਹਨ ਵਾਲੇ ਬਹੁਤ ਸੀ ਜਿਵੇਂ ਤੁਸੀਂ ਇਹ ਗੱਲ ਆਮ ਤੌਰ ਤੇ ਕਹਿੰਦੇ ਹੁੰਦੇ ਆ ਅੱਜ ਪੜ੍ਹਨ ਵਾਲੇ ਘੱਟ ਗਏ ਲਿਖਣ ਵਾਲੇ ਬਹੁਤੇ ਹੋ ਗਏ ਤੇ ਕਿਤਨਾ ਕਿਤੇ ਲੱਗਦਾ ਵੀ ਇਹ ਵੀ ਇੱਕ ਵੱਡਾ ਕਾਰਨ ਬਣ ਗਿਆ ਵੀ ਜਿਹੜੇ ਪਬਲਿਸ਼ਰ ਨੇ ਉਹ ਹੁਣ ਮਨਮਰਜ਼ੀਆਂ ਕਰਦੇ ਨੇ ਵੀ ਤੁਸੀਂ ਆਪਣਾ ਪੈਸਾ ਲਾਓ ਆਪੇ ਕਿਤਾਬ ਛਾਪ ਲਓ ਤੇ ਉਤੋਂ ਉਹ ਸਾਡਾ ਲੇਖਕ ਦਾ ਨੁਕਸਾਨ ਬੜਾ ਹੋ ਰਿਹਾ ਹੈ ਇਹਦੇ ਵਾਸਤੇ ਕੋਈ ਲੱਗਦਾ ਵੀ ਇੱਥੇ ਕੋਈ ਸੈਂਸਰ ਹੋਣਾ ਚਾਹੀਦਾ ਵੀ ਇਹ ਕਿਤਾਬਾਂ ਇੰਨੀਆਂ ਛਪੀ ਜਾ ਰਹੀਆਂ ਨੇ ਜਾਂ ਚੰਗਾ ਸਹਿਤ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਮੈਂ ਜਿੱਦੋਂ ਦਾ ਕੁਝ ਦਿਨ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਬੁੱਕ ਫੈਸਟੀਵਲ ਹੋਇਆ ਸੀਗਾ ਪੁਸਤਕ ਮੇਲਾ ਹੋਇਆ ਸੀਗਾ ਉੱਥੇ ਇੱਕ ਪੁਸਤਕ ਵਿਕਰੇਤਾ ਨਾਲ ਗੱਲ ਕੀਤੀ ਉਹਨੇ ਬੜੇ ਦਾਬ ਨਾਲ ਗੱਲ ਕਰਕੇ ਕਹਿੰਦਾ ਵੀ ਸਾਹਿਤ ਪੜ੍ਹਨਾ ਬਹੁਤ ਚੰਗੀ ਗੱਲ ਹੈ ਜੇ ਨੌਜਵਾਨ ਪੜ੍ਹਨ ਤੇ ਹੋਰ ਵੀ ਚੰਗੀ ਗੱਲ ਹੈ ਪਰ ਕਹਿੰਦਾ ਵੀ ਸਾਨੂੰ ਨਾ ਕਈ ਵਾਰੀ ਬੜਾ ਮਹਿਸੂਸ ਹੁੰਦਾ ਵੀ ਨੌਜਵਾਨਾਂ ਕੇ ਇਹੋ ਜਿਹੀ ਕਿਤਾਬ ਮੰਗਦਾ ਜਿਹੜੀ ਕੱਖ ਪੱਲੇ ਦੀ ਕਿਤਾਬ ਨਹੀਂ ਹੁੰਦੀ ਉਦੋਂ ਦੁੱਖ ਹੁੰਦਾ ਵੀ ਸਾਡਾ ਨੌਜਵਾਨ ਕਿਸ ਪਾਸੇ ਚੱਲ ਗਿਆ ਵਾ ਸੋ ਚੰਗਾ ਸਾਹਿਤ ਸਿਰਜਣਾ ਵੀ ਜ਼ਰੂਰੀ ਹੈ ਉਹ ਲੋਕਾਂ ਤੱਕ ਪਹੁੰਚਣਾ ਵੀ ਜ਼ਰੂਰੀ ਹੈ ਸੋ ਇਸ ਬਾਰੇ ਕੀ ਕਰਨਾ ਚਾਹੋਗੇ ਦੇਖੋ ਇੱਕ ਸਾਡੀ ਤਰਸਦੀ ਹੈ ਜੀ ਕਿ ਅਸੀਂ ਸਾਡੀਆਂ ਸਰਕਾਰਾਂ ਨੂੰ ਇਸ ਚੀਜ਼ ਦਾ ਕੋਈ ਅਹਿਸਾਸ ਨਹੀਂ ਹੂੰ ਸਾਡੀ ਸਾਡਾ ਜਿਹੜਾ ਵਿਦਿਅਕ ਢਾਂਚਾ ਇਹਦਾ ਇਹਦੇ ਵੱਲ ਉਹਦਾ ਕੋਈ ਖਿਆਲ ਨਹੀਂ ਆਲਮੋਸਟ ਉਹ ਵਿਗੜ ਹੀ ਰਿਹਾ ਦਿਨੋਂ ਦਿਨ ਜੀ ਔਰ ਵਿਦਿਆ ਵਾਸਤੇ ਜਿਹੜਾ ਘੱਟ ਤੋਂ ਘੱਟ ਖਰਚੇ ਜਿਹੜੇ ਆ ਘਟਾਏ ਜਾ ਰਹੇ ਆ ਬਿਲਕੁਲ ਜੀ ਤੇ ਮਤਲਬ ਰਾਦਰ ਸਰਕਾਰਾਂ ਇਹ ਚਾਹੁੰਦੀਆਂ ਕਿ ਲੋਕਾਂ ਨੂੰ ਬੋਦੀ ਅਕਲ ਆਵੇ ਨਾ ਤੇ ਉਹ ਸਾਡੇ ਕਿ ਭੇਡਾਂ ਬੱਕਰੀਆਂ ਬਣੇ ਰਹਿਣ ਤੇ ਸਾਡੇ ਮਗਰ ਤੁਰੇ ਰਹਿਣ ਤੇ ਉਹ ਇਸ ਹਾਲਤ ਦੇ ਵਿੱਚ ਇਹ ਇਹ ਦ੍ਰਿਸ਼ ਜਿਹੜਾ ਬੜਾ ਮਤਲਬ ਗਲਤ ਹੈ ਜੀ ਤੇ ਇਹਦੇ ਇਹਦੇ ਵਿੱਚ ਇਹੀ ਹੈ ਕਿ ਮੇਰੀ ਲੋਕਾਂ ਨੂੰ ਇਹੀ ਸਲਾਹ ਹੈ ਕਿ ਸਾਡੇ ਵਿੱਚ ਵਿਦਿਆ ਦੀ ਘਾਟ ਹੈ ਹੂੰ ਅਸੀਂ ਪੰਜਾਬੀ ਲੋਕ ਬਹੁਤ ਇਮੋਸ਼ਨਲ ਆ ਅਸੀਂ ਮਰ ਵੀ ਸਕਦੇ ਆ ਅਸੀਂ ਕੋਈ ਕੁਝ ਮਤਲਬ ਦੇਸ਼ ਸਾਡੇ ਸਾਡੀ ਜਿਹੜੀ ਆਤਮਾ ਸਾਡਾ ਦਿਲ ਜਿਹੜਾ ਧੜਕਦਾ ਹੈ ਸਚਾਈ ਵਾਸਤੇ ਇਨਸਾਨੀਅਤ ਵਾਸਤੇ ਲੇਕਿਨ ਸਾਡੇ ਚ ਵਿੱਦਿਆ ਦੀ ਘਾਟ ਕਾਰਨ ਅਸੀਂ ਲੜਾਈਆਂ ਜਿੱਤ ਕੇ ਵੀ ਹਾਰਿਆ ਬਿਲਕੁਲ ਸਹੀ ਗੱਲ ਹੈ ਜੀ ਤੇ ਉਹ ਅਸੀਂ ਇਸ ਕਰਕੇ ਵਿੱਦਿਆ ਸਾਨੂੰ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ ਜੀ ਔਰ ਜੇ ਜਦੋਂ ਅਸੀਂ ਵਿੱਦਿਆ ਪੜ੍ਹਾਂਗੇ ਤੇ ਦੇਖੋ ਕਿ ਇਹ ਸਾਰੀਆਂ ਬਿਮਾਰੀਆਂ ਹੌਲੀ ਹੌਲੀ ਜਿਹੜੀਆਂ ਨਾਲ ਆਪ ਹੋ ਜਾਣਗੀਆਂ ਸੋ ਵਿੱਦਿਆ ਹੀ ਇੱਕ ਸਮਝਦਾ ਕਿ ਇਹ ਜੋ ਸੰਸਾਰ ਦਾ ਇਤਿਹਾਸ ਪੜੋ ਜਿਹੜੀ ਜਿਹੜੀਆਂ ਕੌਮਾਂ ਜ਼ਿਆਦਾ ਸਿੱਖਿਸ਼ਤ ਹੋਈਆਂ ਉਹਨਾਂ ਵਿਦਿਆ ਪੜ੍ਹੀਆਂ ਤੇ ਉਹ ਹੱਦਤ ਚੋਂ ਨਿਕਲ ਗਏ ਨੇ ਤੇ ਅੱਜ ਉਹ ਵਿਕਸਿਤ ਦੇਸ਼ਾਂ ਸਮਾਜਾਂ ਚੋਂ ਦਾ ਨਾਮ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤੁਹਾਡੇ ਸਾਹਿਤਕ ਜੀਵਨ ਦੇ ਬਾਰੇ ਤੇ ਹੋਰ ਬਹੁਤ ਕੁਝ ਸਿੱਖ ਨੂੰ ਮਿਲਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਾਡੀ ਪ੍ਰਿੰਸੀਪਲ ਬਲਵਿੰਦਰ ਸਿੰਘ ਜੀ ਫਤਿਹਪੁਰੀ ਬਤੌਰ ਸਾਹਿਤਕਾਰ ਬਤੌਰ ਪ੍ਰਿੰਸੀਪਲ ਬਤੌਰ ਸਭਾਜ ਸੇਵਕ ਔਰ ਵਕ ਵਕ ਵਨਗੇ ਦੇ ਵਿੱਚ ਸਾਹਿਤ ਲਿਖ ਕੇ ਇਹਨਾਂ ਨੇ ਪੰਜਾਬੀ ਸਾਹਿਤ ਜਗਤ ਤੇ ਪੰਜਾਬੀ ਮਾਬੂਲੀ ਦੀ ਝੋਲੀ ਵਿੱਚ ਪਾਇਆ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਤਰ੍ਹਾਂ ਇਹਨਾਂ ਦੀ ਕਲਮ ਜੜੀ ਹੈ ਚੱਲਦੀ ਰਹੇ ਸੋ ਮਿਲਦੇ ਹਾਂ ਅਗਲੇ ਹਫਤੇ ਇੱਕ ਅਗਲੇ ਐਪੀਸੋਡ ਵਿੱਚ ਇੱਕ ਹੋਰ ਅਜ਼ੀਮ ਸ਼ਖਸੀਅਤ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ